ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੁਸ਼ਾਸਨ ਦਲੜੀ ਬਾਰੇ ਚੱਲ ਰਿਹਾ ਪ੍ਰੋਗਰਾਮ 1947 ਦਾ ਸੰਤਾਪ। 1947 ਦਾ ਸੰਤਾਪ ਕਹਿਣ ਕਹਾਣ ਨੂੰ ਇੱਕ ਬੜੀ ਛੋਟੀ ਜਿਹੀ ਗੱਲ ਹੈ, ਪਰ ਸੱਚ ਜਾਣਿਓ ਜਿਨ੍ਹਾਂ ਪਿੰਡਿਆਂ ਨੇ 1947 ਦਾ ਸੰਤਾਪ ਆਪਣੇ 'ਤੇ ਹੰਡਾਇਆ, ਜਿਨ੍ਹਾਂ ਨੇ ਇਸ ਸੰਤਾਪ ਦੇ ਵਿੱਚ ਆਪਣੇ ਦਾਦੇ ਪੜਦਾਦਿਆਂ ਦੀ ਉਹ ਜ਼ਮੀਨ, ਜਿਨ੍ਹਾਂ ਨੇ ਇਸ ਸੰਤਾਪ ਦੇ ਵਿੱਚ ਆਪਣੇ ਪਰਿਵਾਰਕ ਮੈਂਬਰ ਖੋਏ ਨੇ, ਜੇ ਅੱਜ ਵੀ ਉਹਨਾਂ ਬਜ਼ੁਰਗਾਂ ਦੇ ਕੋਲ ਚੰਦ ਸਮਾਂ ਕੱਢ ਕੇ ਅਸੀਂ ਬੈਠੀ, ਉਸ ਸੰਤਾਪ ਦਾ ਸੇਕ ਅੱਜ ਤੱਕ ਉਹਨਾਂ ਬਜ਼ੁਰਗਾਂ ਦੇ ਦਿਲਾਂ ਦੇ ਵਿੱਚ, ਉਹਨਾਂ ਦੀ ਅੱਖਾਂ ਦੇ ਵਿੱਚ ਅੱਜ ਵੀ ਹੰਝੂ ਬਣ ਬਣ ਕੇ ਉਤਰਦਾ। ਇਸੇ 1947 ਦੇ ਸੰਤਾਪ ਦੇ ਸੰਕਲਪ ਦੇ ਵਿੱਚ ਇੱਕ ਨਿਮਾਣਾ ਜਿਹਾ ਯਤਨ ਹੈ, ਜਿੱਥੇ ਵੀ ਸਾਨੂੰ ਕੋਈ ਵੀ ਬਜ਼ੁਰਗ 1947 ਦਾ ਸੰਤਾਪ ਹੰਢਾ ਚੁੱਕੇ ਮਿਲਦੇ ਨੇ, ਅਸੀਂ ਉਹਨਾਂ ਦੇ ਕੋਲ ਪਹੁੰਚ ਕਰਦੇ ਹਾਂ, ਔਰ ਉਹਨਾਂ ਦੇ ਕੋਲ ਪਹੁੰਚ ਕਰਕੇ ਇਸ ਸੰਤਾਪ ਨੂੰ ਉਹਨਾਂ ਨੇ ਆਪਣੇ ਪਿੰਡੇ 'ਤੇ ਕਿੱਦਾਂ ਹਰਾਇਆ, ਔਰ ਇਸ ਤੋਂ ਬਾਅਦ ਜਿਹੜੀ ਇਸ ਲਾਈਫ ਦੇ ਵਿੱਚ ਉਹਨਾਂ ਨੇ ਸਟਰਗਲ ਕਰਕੇ ਨਵਿਓਂ ਸਿਰਿਓਂ ਰਹਿਣ ਬਸੇਰਾ ਕਿਸ ਤਰ੍ਹਾਂ ਕੀਤਾ, ਇਸ ਸੰਬੰਧ ਦੇ ਵਿੱਚ ਆਪ ਜੀ ਦੇ ਰੂਬਰੂ ਕਰਾਉਂਦੇ ਹਾਂ। ਸੋ ਅੱਜ ਅਸੀਂ ਜਿਸ ਸ਼ਖਸੀਅਤ ਦੇ ਕੋਲ ਪਹੁੰਚੇ ਹਾਂ, ਜਿਨ੍ਹਾਂ ਦਾ ਨਾਮ ਵੀਡੀਓ ਤੇਜਾ ਸਿੰਘ ਕਰਕੇ ਆਮ ਪ੍ਰਚਲਿਤ ਹੈ, ਆਓ ਇਹਨਾਂ ਬਜ਼ੁਰਗਾਂ ਨੇ 1947 ਦਾ ਸੰਤਾਪ ਕਿਸ ਤਰ੍ਹਾਂ ਹੰਢਾਇਆ, ਇਸ ਵਿਸ਼ੇ ਦੇ ਉੱਤੇ ਇਹਨਾਂ ਦੇ ਭਈਆ ਜਿਹੜੀ ਹੈ ਨਾਲ ਵਿਚਾਰ ਆਪ ਜੀ ਦੇ ਰੂਬਰੂ ਕਰੀਏ। ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਠਾਕ ਦੀ? ਬਿਲਕੁਲ ਠੀਕ ਠਾਕ ਮਹਾਰਾਜ, ਬਿਲਕੁਲ ਠੀਕ ਠਾਕ। ਹੋਰ ਸੁਣਾ, ਘਰੇ ਨੇ ਕਿਹੜਾ ਇਲਾਕਾ ਸਾਹਿਬ ਨਾਲ? ਕਰਨ ਦਾ ਸਾਡਾ ਮੈਂ ਰਵਲਾ ਕੋਟ ਗਿਣਿਆ ਜਾਂਦਾ ਸੀ। ਤੁਸੀਂ ਪੁੰਛੀ ਕਰਾ ਡਟੀ ਹੈ, ਸਭ ਪੁੰਛੀ ਹੈ ਜਿਹਨੇ ਆ ਜਿਹਨੇ ਦੇਖਣੇ ਨਾ। ਅੱਛਾ, ਸਭ ਪੁੰਛੀਏ ਦੇ ਆ। ਅੱਛਾ, ਰਵਲਾ ਕੋਟ, ਰਵਲਾ ਕੋਟ ਸੀ, ਅਤੇ ਗ੍ਰਾਂ ਸਾਡਾ ਜਿਹੜਾ ਸਾ ਉਹ ਸੀ ਧਮਨੀ। ਧਮਨੀ? ਹਾਂ, ਧਮਨੀ ਦੇ ਚਾਰ ਪੰਜ ਮੋੜੇ ਸਨ ਅੱਗੇ। ਚਾਰ ਪੰਜ ਮੋੜੇ ਸੀ? ਚਾਰ ਪੰਜ ਮੋੜੇ ਸਨ, ਦਰੈੜ, ਕੈਥਾਨ, ਬੇਗਲਾ ਅਤੇ ਬਰਮੰਗ। ਅੱਛਾ ਅੱਛਾ, ਬਰਮੰਗ ਵੀ ਤੁਹਾਡੇ ਨਾਲ ਹੀ? ਬਰਮੰਗ ਸਾਡਾ ਹੀ ਹੈ ਗ੍ਰਾਂ, ਸੀ ਇੱਕ ਹੀ ਹੈ। ਅੱਛਾ, ਧਮਨੀ ਗ੍ਰਾਂ ਦਾ ਹੀ। ਗੱਲ ਸੁਣਾ, ਬਰਮੰਗ ਨੇ ਇੱਕ ਹੋਰ ਬੜੇ ਮਸ਼ਹੂਰ ਸੀ ਜੀ, ਉਹ ਉਹਨੇ ਕਹਾ ਅੱਜ ਆਖਣੇ ਦੇ ਬਾਬੂ ਸਿੰਘ ਨਸ਼ਹਿਰੀ, ਇਹ ਬਰਮੰਗ ਨੇ ਸੇ। ਇਹ ਇੱਕ ਇਹੋ ਜਿਹਾ ਪਰਿਵਾਰ ਸਾ ਜਿਸ ਪਰਿਵਾਰ ਉਸ ਟਾਈਮ ਬਾਕੀ ਪਰਿਵਾਰ ਤਾਂ ਸਾਰਾ ਕੀ ਛੋੜੀ ਆਇਆ, ਇਹ ਪਰਿਵਾਰ ਐਸਾ ਸਾ ਕਿ ਜਿੰਨੇ ਅੱਜ ਤੱਕ ਉਹ ਜਿਸ ਤਲਵਾਰ ਨੇ ਯੂਰਪ ਸਮਾਨ ਆਉਂਦਾ ਨਾ, ਉਹਨੇ ਆਪਣਾ ਮਾਲ ਡੰਗਰ ਵੀ ਆਉਂਦਾ ਪਲੱਸ ਮੰਜੇ ਤੱਕ। ਇਸ ਤੋਂ ਪਹਿਲੇ ਅਸੀਂ ਉਹਨਾਂ ਨੇ ਘਰ ਇੰਟਰਵਿਊ ਕਰੀ ਆਇਆ, ਉਹਨੇ ਮੰਜੇ ਵੀ ਚੁੱਕੀ ਜਾਂਦੇ ਉੱਥੋਂ, ਔਰ ਬਕਾਇਦਾ ਉਹਨੇ ਦੱਸਿਆ ਵੀ ਸਾਡਾ ਜਿਹੜਾ ਪਿਤਾ ਜੀ ਸੀ ਉਹ ਅੰਗਰੇਜ਼ਾਂ ਨੇ ਟਾਈਮ ਨੇ ਫੌਜ ਵੀ ਸੀ, ਤਾਂ ਉਹ ਹਥਿਆਰ ਨੇ ਮਾਹਿਰ ਸੀ, ਉਹਨੇ ਹਥਿਆਰ ਵੀ ਕੱਢੀ ਅਸੀਂ ਕਹਾ ਅੱਜ ਦੱਸਿਓ ਕਿਰਪਾਨਾ ਵੀ ਇਸ ਨੇ ਜੋੜਿਆ ਚੱਲ। ਉਹ ਕੋਈ ਐਤਵਾਰੀ ਪਹਿਚਾਣ ਉਹਨੇ ਨਹੀਂ, ਬਾਬੂ ਸਿੰਘ ਉਹਨਾਂ ਦਾ ਨਾਂ ਦਾ, ਇਸ ਲਈ ਉਹ ਸਿੰਬਲ ਕੈਂਪ ਰਹੇ ਨੇ ਆ ਦੋ ਵੜਾ 'ਚ, ਉਹ ਬਰਮੰਗ ਨੇ ਸੀ ਬੇਸਿਕਲੀ। ਬਰਮੰਗ ਦੀ ਮਸ਼ਹੂਰ ਸ਼ਖਸੀਅਤ ਜਿਹੜੀ ਸੀ, ਮੈਂ ਤਾਂ ਨੈਣ ਸਿੰਘ ਸੀ। ਅੱਛਾ, ਅਤੇ ਬਾਬੂ ਮੀਆਂ ਸਿੰਘ ਸੀ ਜਿਹੜੇ ਬਟੋਤ ਬਾਰੇ ਸੈਟਲ ਹੋਏ ਉੱਥੇ, ਉਹ ਚੜ੍ਹਾਈ ਕਰ ਗਏ, ਨਹੀਂ ਚੜ੍ਹਾਈ ਕਰ ਗਏ ਇਹਨੂੰ, ਉਹਨਾਂ ਦਾ ਪਰਿਵਾਰ ਉੱਥੇ ਸੈਟਲ ਹੈ। ਅਤੇ ਮੈਨ ਸ਼ਖਸੀਅਤਾਂ ਸੀ? ਹਾਂ, ਮੈਨ ਸ਼ਖਸੀਅਤਾਂ ਸਨ। ਸਾਡਾ ਸਾਡੇ ਪਿੰਡਾਂ ਦੇ ਆਲੇ ਦੁਆਲੇ ਕੁਛ ਕੁਛ ਨੇ ਘਰ ਸੀ? ਸਾਡੇ ਪਿੰਡ ਦੇ ਆਲੇ ਦੁਆਲੇ ਸਾਡੇ ਦੋ ਘਰ ਸਨ। ਅੱਛਾ, ਇੱਕ ਸੀ ਥੱਲੇ ਗ੍ਰਾਂ 'ਚ ਜਿੱਥੇ ਮੈਨ ਪਾਪੂਲੇਸ਼ਨ ਸੀ। ਨਹੀਂ, ਉਹ ਤੁਹਾਡਾ ਘਰ ਸਾ? ਹਾਂ। ਨਹੀਂ, ਤੁਸੀਂ ਨੇ ਦੋ ਨਹੀਂ, ਤੁਹਾਡੇ ਆਲੇ ਦੁਆਲੇ ਕੁਛ ਨੇ ਘਰ ਜੀ ਨਾਲ ਗੁਆਂਢੀ ਕੁਛ ਨਾ ਸਾ? ਸਾਡੇ ਗੁਆਂਢ ਥੱਲੇ ਸਾਡਾ ਦਾਦਾ ਰਹਿੰਦਾ ਸੀ, ਦਾਦੇ ਦਾ ਸੱਕਾ ਭਰਾ ਸੀ। ਦਾਦੇ ਨਾਲ ਕੀ ਨਾਂ ਸਰ ਤੁਹਾਡੇ? ਜਸਪਤ ਸਿੰਘ। ਜਸਪਤ ਸਿੰਘ, ਉਹਨੇ ਨੇ ਜਿਹੜੇ ਭਰਾ ਸੀ ਉਹਨਾਂ ਨਾਲ ਕੀ ਨਾਂ ਸਾ? ਉਹਨਾਂ ਦਾ ਭਰਾ ਸੀ ਇੱਕ ਗਰੀਬ ਸਿੰਘ। ਅੱਛਾ, ਇੱਕ ਗਣੇਸ਼ਾ ਸਿੰਘ, ਇੱਕ ਹੀਰਾ ਸਿੰਘ। ਅੱਛਾ, ਇਹਨੇ ਨੇ ਅੱਗੇ ਬੱਚੇ? ਇਹਨਾਂ ਦੇ ਬੱਚੇ ਹੀਰਾ ਸਿੰਘ ਜਿਹੜਾ ਸੀ, ਉਹਨਾਂ ਦੇ ਦੋ ਬੇਟੇ ਸਨ, ਲਾਭ ਸਿੰਘ ਅਤੇ ਖਜਾਨ ਸਿੰਘ। ਅੱਛਾ, ਲਾਭ ਸਿੰਘ ਵੀ ਚੜ੍ਹਾਈ ਕਰ ਗਿਆ, ਖਜਾਨ ਸਿੰਘ ਵੀ ਚੜ੍ਹਾਈ ਕਰ ਗਿਆ। ਉਹਨਾਂ ਨੇ ਬੱਚੇ ਹੋਲੇ ਅੱਗੇ? ਖਜਾਨ ਸਿੰਘ ਨੇ ਮੈਰਿਜ ਨਹੀਂ ਸੀ ਕੀਤੀ। ਅੱਛਾ, ਅਤੇ ਉਹ ਦੂਸਰਿਆਂ ਦੇ ਬੱਚੇ ਜਿਹੜੇ ਨੇ ਪਟੜੀ ਉੱਪਰ ਹਨ, ਕੋਟਲੀ ਸ਼ਾਹਦੋਲਾ। ਅੱਛਾ, ਕੋਟਲੀ ਸ਼ਾਹਦੋਲਾ, ਕੋਟਲੀ ਸ਼ਾਹਦੋਲਾ ਪਟੜੀ 'ਤੇ ਹਨ। ਅੱਛਾ, ਇਹ ਤੁਹਾਡੇ ਸਮਝਣ ਨਾਲ ਨਾਲ ਸੀ? ਇਹ ਬਿਲਕੁਲ ਨਾਲ ਸਨ। ਅੱਛਾ, ਤਾਂ ਟੋਟਲ ਪਿੰਡਾਂ 'ਚ ਕਿੰਨੇ ਘਰ ਸੀ? ਪਿੰਡਾਂ 'ਚ ਘਰ ਕਾਫੀ ਸਨ, ਡੀ ਐਸ ਪੀ ਅਵਤਾਰ ਸਿੰਘ ਔਰ ਜਿਹੜੇ ਹਨ ਬਸਤੀ 'ਚ, ਇਹ ਵੀ ਸਾਡੇ ਗ੍ਰਾਮ ਦੇ ਸਾਡੇ ਘਰ ਖੜ੍ਹੇ, ਉਹ ਥੱਲੇ ਇਹਨਾਂ ਦੇ ਘਰ ਦਿਸਦੇ ਸਨ। ਅੱਛਾ, ਇਹ ਵੀ ਤੁਹਾਡੇ ਉੱਤੇ ਨੇ ਸੀ? ਇਹ ਵੀ ਹਾਂ, ਇਹਨਾਂ ਦੇ ਮੋੜੇ ਦਾ ਨਾਂ ਸੀ ਪਾਟਿਆਂ। ਪਾਟਿਆਂ, ਪਾਟਿਆਂ ਟੋਟਲ ਕਿੰਨੇ? ਚਾਰ ਮੋੜੇ ਸੀ ਪਿੰਡ? ਚਾਰ ਪੰਜ ਮੋੜੇ ਹੋ ਜਾਂਦੇ ਸਨ। ਅੱਛਾ, ਅਤੇ ਹੋਰ ਕੌਣ ਸਾ ਨਾਲ, ਕੋਈ ਗੁਆਂਢੀ ਕੋਈ ਤੁਹਾਡਾ ਜਿਹੜਾ? ਸਾਡਾ ਗੁਆਂਢੀ ਜਿਹੜਾ ਸਾਡਾ ਉੱਪਰਲਾ ਮਕਾਨ ਸੀ ਨਾ, ਅੱਛਾ, ਢੋਕ ਜਿਸ ਨੂੰ ਆਖਦੇ ਸਨ, ਉਸ ਢੋਕ ਹੀ ਸਾਡੇ ਨਾਲ ਇੱਕ ਸ਼ੇਖਾਂ ਦਾ ਘਰ ਸੀ ਜੁਸਵਾਲੀ। ਨਹੀਂ, ਗੱਲ ਸੁਣਾ, ਜਿਹੜੇ ਪਾਪਾ ਜੀ ਢੋਕਾਂ ਦੀਆਂ, ਢੋਕੇਗਾ ਤਾਂ ਘਰ ਆਇਆ ਨਹੀਂ ਗਿੱਛ ਸਕਣਾ, ਕਿਉਂਕਿ ਢੋਕਿਆਂ 'ਚ ਤਾਂ ਚੰਦ ਸਮੇਂ ਲਈ ਗਏ ਨੇ ਸਿਆਂ। ਨਹੀਂ, ਪਰ 6 ਮਹੀਨੇ ਥੱਲੇ ਹੁੰਦੇ ਸਾਂ, 6 ਮਹੀਨੇ ਉੱਪਰ ਹੁੰਦੇ ਸਾਂ।
ਅੱਛਾ ਪੂਰਾ 6 ਮਹੀਨੇ ਰਹਿਣੇ ਪੂਰੇ 6 ਮਹੀਨੇ ਬਸਾ ਕੇ ਢੋਕੇ ਨਾ ਅੱਜ ਜਿਹੜਾ ਅੱਜ ਰੂਲ ਹੈ ਵੀ ਢੋਕੇ ਜਾਂ ਜਿਹੜੇ ਦੀ ਅੱਜ ਵੀ ਦਰਵਾਜ਼ਾ ਨਹੀਂ ਲਾਣੇ ਉਹ ਆਣੇ ਵੀ ਢੋਕਾ ਜਿਹੜਾ ਤਾਂ ਅਸੀਂ ਕਬਜ਼ਾ ਨਹੀਂ ਹੋ ਸਕਣਾ ਖਾਲੀ ਤੁਸੀਂ ਇੱਕ ਚਰਵਾਇਆ ਦਾ ਹੈ ਉਦੋਂ ਤੋਂ ਸਾਡੇ ਮਕਾਨ ਬਣੇ ਨੇ ਉਹਨੇ ਸੇ ਢੋਕੇ ਬਿਲਕੁਲ ਨਾ ਨਾ ਧਾਰੇ ਨੇ ਸੇ ਸਾਡਾ ਵਧੀਆ ਮਕਾਨ ਸੀ ਬਣਿਆ ਦਾ ਅੱਛਾ ਉਹ ਸਾਡੇ ਪੜਦਾਦੇ ਦੇ ਵੇਲੇ ਦਾ ਸੀ ਅਤੇ ਉਹ ਸਾਡੇ ਫਾਦਰ ਸਾਹਿਬ ਨੇ ਉਸਨੂੰ ਇੱਕ ਜਗ੍ਹਾ ਤੋਂ ਹਟਾ ਕੇ ਦੂਜੀ ਜਗ੍ਹਾ ਬਣਾਇਆ ਸੀ ਅੱਛਾ ਇਸ ਨਾਲ ਮਤਲਬ ਢੋਕਾ ਵੀ ਤੁਸੀਂ ਚੰਗੇ ਹਾਂ ਹਾਂ ਪੱਕੇ ਮਕਾਨ ਸੀ ਅੱਛਾ ਅੱਛਾ ਵਧੀਆ ਅਤੇ ਸਾਡੇ ਅੱਗੇ 5 ਪੱਥਰ ਹੁੰਦੇ ਸਨ ਬੜੇ ਬੜੀਆਂ ਠੁੱਲਾਂ ਆਖਣੇ ਸੀ ਉਹਨੇ ਮਕਾਨਾਂ ਨੇ ਅੱਗੇ ਉਹ ਜਿਸ ਵੇਲੇ ਸੂਰਜ ਚੜਿਆ ਤੇ ਉਹਨਾਂ ਠੁੱਲੇ ਉੱਪਰ ਬੀਜੀ ਅਸੀਂ ਧੁੱਪ ਸੇਕਨੇ ਹੋਣੇ ਸੀ ਅੱਛਾ ਢੋਕੇ ਰਹੇ ਸਾਹਿਬ ਠੰਡੀ ਬਾਤ ਸੀ ਹਾਂ ਤੇ ਠੰਡ ਬੜੀ ਹੋਣੀ ਸੀ ਠੰਡ ਬੜੀ ਅੱਛਾ ਤੇ ਸਾਡੇ ਅਗਲੇ ਪਾਸੇ 2 ਬੜੇ ਬੜੇ ਅਖਰੋੜਾਂ ਦੇ ਬੂਟੇ ਸਨ ਅੱਛਾ ਤੇ ਬੜਾ ਅਖਰੋਟ ਲੱਗਦਾ ਸੀ ਉਹਦੇ ਨਾਲ ਹੋਰ ਵੀ ਕਿੱਥੇ ਆ ਸਕਦਾ ਖਾਲੀ ਅਖਰੋੜੀ ਅਸੀਂ ਨਹੀਂ ਹੋਰ ਵੀ ਫਸਲਾਂ ਵਗੈਰਾ ਆੜੀਆਂ ਦੇ ਬੂਟੇ ਸਨ ਖੁਰਮਾਨੀਆਂ ਖੁਰਮਾਨੀਆਂ ਸਨ 2 ਸੇਬ ਨੇ ਐਸਾ ਕੋਈ ਨਾ ਸੇਬ ਨੇ ਸੀ ਉਸ ਲੈ ਕੇ ਨਹੀਂ ਮਤਲਬ ਸੇਬ ਤਾਂ ਲਾਇਆ ਨਹੀਂ ਲੋਕਾਂ 'ਚ ਹੋਇਆ ਨਹੀਂ ਨਹੀਂ ਲਾਇਆ ਨਹੀਂ ਲੋਕਾਂ ਨੇ ਉਹਨੇ ਕੋਈ ਨਾਲੀ ਨਹੀਂ ਸੀ ਨਾਲੀ ਨਹੀਂ ਸੀ ਸੇਬ ਹੋਇਆ ਲੈ ਠੰਡਾ ਇਲਾਕਾ ਸਾ ਅੱਛਾ ਅੱਛਾ ਉਸ ਤੁਹਾਡੇ ਪਿੰਡ ਵਿੱਚ ਕੁਛ ਮੁਸਲਮਾਨਾਂ ਦਾ ਨਾਂ ਚੇਤੇ ਦਾ ਕੋਈ ਹਾਂਜੀ ਜਿਹੜਾ ਸਾਡਾ ਉੱਪਰਲਾ ਘਰ ਸੀ ਨਾ ਟੋਕ ਜਿਸ ਟੋਕੇ ਵਾਲਾ ਉਹ ਸਾਡੇ ਘਰ ਦੇ ਨਾਲ ਇੱਕ ਸੀ ਜੂਸਵਲੀ ਅੱਛਾ ਤੇ ਮਤਲਬ ਉਸ ਲਈ ਆਖਦੇ ਹੀ ਆ ਸਾਨੂੰ ਕਾਗਜ਼ਾਂ 'ਚ ਪਤਾ ਨਹੀਂ ਕਿ ਨਾਮ ਹੋਇਆ ਲੇਕਿਨ ਜੂਸਵਲੀ ਮੰਨ ਲਿਆ ਉਸਦੇ ਨਾਲ ਪਾਰਲੇ ਪਾਸੇ ਇੱਕ ਹੋਰ ਘਰ ਸੀ ਉਹ ਸੀ ਨੂਰਦੀਨ ਕਾਸਵੀ ਅੱਛਾ ਉਹ ਜਰਾ ਲੋਹੀਆਂ ਦਾ ਬਣਦਾ ਹੁੰਦਾ ਸੀ ਲੋਹੀਆਂ ਬਣਾਉਣ ਵਾਲਾ ਗੱਲ ਸੁਣੋ ਬਾਬਾ ਜੀ ਜਿਹੜੀਆਂ ਉਸਲਾ ਲੋਹੀ ਬਣਨੀਆਂ ਸੀ ਇਹ ਕਿਸਨੀਆਂ ਪੱਟੂ ਨਹੀਂ ਐਸਨੀਆਂ ਉਹਨਾਂ ਨਹੀਂ ਬਣਾ ਉਹਨਾਂ ਦੀਆਂ ਲੋਹੀਆਂ ਤਾਂ ਲੋਹੀ ਤਾਂ ਪੱਟੂ 'ਚ ਕਾ ਫਰਕ ਆ ਪੱਟੂ ਕਾ ਹੋਇਆ ਤਾਂ ਲੋਹੀ ਕਾ ਹੋਈ ਲੋਹੀ ਜਿਹੜੀ ਆ ਥੋੜ੍ਹੀ ਛੋਟੀ ਹੁੰਦੀ ਹੈ ਪੱਟੂ ਜਿਹੜਾ ਉਹ ਦੋਹਰਾ ਹੁੰਦਾ ਅੱਛਾ ਡਬਲ ਜਿਹੜਾ ਡਬਲ ਜਿਹੜਾ ਉਸ ਪੱਟੂ ਉਸ ਪੱਟੂ ਉਹਨੇ ਕਨੇ ਬਣਦੇ ਦੋਏ ਉਹਨਾਂ ਨਾਲ ਹੀ ਬਣਦੇ ਨਾ ਅੱਛਾ ਤਾਂ ਉਹ ਗੱਲ ਸੁਣਾ ਜੋੜਨਾ ਕਿ ਸੀਣੇ ਧਾਗੇ ਕਨੇ ਸੀਣਾ ਸਾਹਿਬ ਵਿੱਚ ਕੁਈਆਂ ਜੋੜਨੇ ਉਸ ਕਿਹਾ ਹਾਂ ਧਾਗੇ ਨਾਲ ਵੀ ਸਿੱਟਦੇ ਸਨ 2 ਬਣਾ ਕੇ ਧਾਗੇ ਨਾਲ ਵੀ ਸਿੱਟਦੇ ਸਨ ਚੰਗੇ ਅੱਛੇ ਨਿੱਘੇ ਹੁੰਦੇ ਸੀ ਚੰਗੇ ਅੱਛੇ ਨਿੱਘੇ ਹੁੰਦੇ ਸਨ ਅੱਛਾ ਅੱਛਾ ਹਾਂ ਅੱਛਾ ਇਹ ਉਹਨੇ ਨਾ ਘਰ ਸਾ ਨਾਲ ਅੱਛਾ ਮੂਨਿਆਂ ਨਾਲ ਕਰਥਿਆ ਸਰ ਹਾਂ ਹਾਂ ਉਹ ਸਾਡੇ ਚਾਚੇ ਲੱਗਦੇ ਸਨ ਅੱਛਾ ਇਹ ਮਾਸਟਰ ਭੋਲੂ ਰਾਮ ਉਹ ਅੱਜ ਕੱਲ੍ਹ ਡੰਡੇ ਸਰ ਸੱਟ ਲਿਆ ਨਸ਼ਹਿਰੇ ਆਪੇ ਦੇ ਡੰਡੇ ਸਰ ਆਪੇ ਤੋਂ ਚੜ੍ਹਾਈ ਕਰ ਗਏ ਨਾ ਲੰਬੇੜੀ ਨੇ ਅਗਲੇ ਬੰਨੇ ਲੰਬੇੜੀ ਨੇ ਅਗਲੇ ਬੰਨੇ ਇਹ ਜਿਹੜੇ ਡੰਡੇ ਸਰ ਦੇ ਜਿਤਨੇ ਘਰ ਹਨ ਨਾ ਇਹ ਸਭ ਸਾਡੇ ਗ੍ਰਾਮ ਦੇ ਹਨ ਅੱਛਾ ਹੁਣ ਉੱਠੀ ਆਏ ਨੇ ਜੋ ਇਹ ਉੱਥੋਂ ਉੱਠੀ ਆਏ ਨੇ ਹੁਣ ਹੁਣ ਉਹਨੇ ਅੱਛਾ ਗੁਰਦੁਆਰਾ ਬਣਾਇਆ ਉੱਤਾ ਆਹੋ ਪਿੱਛੇ ਗਿਆਨ ਸੁਣ ਉਹ ਗੁਰਦੁਆਰਾ ਸਾਡੀ ਮੌਜੂਦਗੀ 'ਚ ਕੀ ਬਣਿਆ ਸੀ ਡੰਡੇ ਸਰ ਵਾਲਾ ਡੰਡੇ ਸਰ ਵਾਲਾ ਮੈਂ ਉਸ ਵੇਲੇ ਲੰਬੇੜੀ ਸਰਵਿਸ ਕਰਦਾ ਸਾਂ ਅੱਛਾ ਅਤੇ 4-5 ਘਰ ਸਨ ਜਿਹੜੇ ਸਰਦਾਰਾਂ ਦੇ ਤਾਂ ਉਹਨਾਂ ਦਾ ਸੀ ਪਰ ਚਲੋ ਗੁਰਦੁਆਰਾ ਹੋਣਾ ਚਾਹੀਦਾ ਇਹ ਪੰਡਿਤ ਸ਼ਾਮਦਾਸ ਸੀ ਇੱਕ ਉਸਨੂੰ ਕੋਈ ਮਿਹਰ ਹੋ ਗਈ ਕੁਦਰਤੀ ਤਰਫੋਂ ਉਸਨੇ ਉਹ ਗੁਰਦੁਆਰਾ ਬਣਾਇਆ ਸੀ ਡੰਡੇਸਰ ਵਾਲਾ ਹਾਂ ਅਤੇ ਚੌਕੰਦਾ ਖੜਾ ਕਰਕੇ ਉਹ ਚੜ੍ਹਾਈ ਕਰ ਗਏ ਇੱਥੇ ਆਏ ਸਨ 4 ਵਾਰ 'ਚ ਉਗਰਾਈ ਕਰਦੇ ਕਰਦੇ ਇੱਥੇ ਬਰਾਤੀ ਸੁੱਤੇ ਸਵੇਰੇ ਚੜ੍ਹਾਈ ਕਰ ਗਏ ਉਹ ਅੱਛਾ ਹਾਂ ਮੈਂ ਉਸ ਗੁਰਦੁਆਰੇ ਤੱਕ ਕਥਾ ਕਰੀ ਆਇਆ ਸੀ ਪਿੱਛੇ ਪ੍ਰੋਗਰਾਮ ਸਾਹਿਬ ਕੋਈ ਅੱਛਾ ਇਹ ਸਾਰੇ ਤੁਹਾਡੇ ਇਲਾਕੇ ਨੇ ਸੀ ਇਹ ਸਭ ਸਾਡੇ ਇਲਾਕੇ ਨੇ ਸਨ ਅੱਛਾ ਅੱਛਾ ਜਾਨੀ ਮੂਣੇ ਵੀ ਸਰਦਾਰ ਹਾਂ ਸਭ ਸਭ ਰਲੇ ਮਿਲੇ ਸਨ ਅਸੀਂ ਅੱਛਾ ਉੱਤਾਂ ਕੋਲ ਮਹੱਲੇ ਸਕੂਲ ਤੇ ਆਸਾ ਨਹੀਂ ਸਕੂਲ ਜਿਹੜਾ ਥੱਲੇ ਮੋੜਾ ਸੀ ਦਰੈਣਾ 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 ਜਿੱਥੋਂ ਦਾ ਤੁਹਾਡੇ ਪਿੰਡ ਦਾ ਕਿੰਨਾ ਸਾਹਿਬ ਉਹ ਸਾਡੇ ਪਿੰਡ ਮਤਲਬ ਸਾਡੇ ਮੋੜੇ ਤੋਂ ਗੁਰਾਂ ਦਾ ਇੱਕੋ ਹੀ ਅਸੀਂ ਨਾ ਨਹੀਂ ਕਿੱਥੇ ਆ ਸਾ ਅੱਛਾ ਕੋਈ ਮੀਲ ਥੱਲੇ ਸਾ ਹਾਂ ਹਾਂ ਜ਼ਿਆਦਾ ਵਾ ਸਹੀ ਮੀਲਾਂ ਕੋਲ ਵੀ ਜਾਣਿਆਂ ਦਾ ਉਤਰਾਈ ਸਹੀ ਹੋਣੀ ਸੀ ਆਉਂਦਿਆਂ ਚੜ੍ਹਾਈ ਪੈਣੀ ਸੀ ਅੱਛਾ ਲੋਕ ਕਿਹਨੇ ਸੇ ਬੱਚੇ ਪੜ੍ਹਿਆ ਬੱਚੇ ਪੜ੍ਹਿਆ ਗਏ ਨੇ ਸੀ ਆਮ ਲੋਕ ਸਾਰੇ ਪੜ੍ਹਾਉਣੇ ਸੇ ਬੱਚੇ ਕੋਈ ਬਿਰਲਾ ਵਾੜ ਨਹੀਂ ਉਸ ਵੇਲੇ ਤੱਕ ਜਿਸ ਵੇਲੇ ਤੱਕ ਅਸਾਂ ਦੇਖਿਆ ਉਸ ਵੇਲੇ ਤੱਕ ਸਾਰੇ ਤਕਰੀਬਨ ਸਾਡੇ ਚੁੰਗ ਮੇਰੇ ਭਰਾ ਸੀ ਕਜ਼ਨ ਮੇਰਾ ਹੈ ਜਿਸ ਨੂੰ ਅੱਡੀ ਡਾਕਟਰ ਪੱਪੂ ਤੂੰ ਸਕਦੇ ਹੋ ਨਾ ਪੱਪੂ ਡਾਕਟਰ ਹਾਂ ਇਸ ਦਾ ਫਾਦਰ ਅੱਛਾ ਸਿੰਬਲ ਬੋੜਾ ਵਾਲੇ ਪੱਪੂ ਡਾਕਟਰ ਆਹੋ ਆਹੋ ਇਹ ਉੱਤਾਂ ਪੜ੍ਹੇ ਨਾ ਨਾ ਇਸ ਦਾ ਫਾਦਰ ਅੱਛਾ ਇਹ ਪੱਪੂ ਡਾਕਟਰ ਨਾ ਦਾਦਾ ਹਾਂ ਹਾਂ ਨਾ ਨਾ ਫਾਦਰ ਫਾਦਰ ਇਸ ਨਾ ਪਿਓ ਉਹ ਹੀ ਆਣਾ ਇਹਨੇ ਪੇ ਪਿਓ ਉਹ ਪੜ੍ਹੇ ਉੱਤੇ ਉਹ ਉੱਥੇ ਪੜ੍ਹੇ ਉਹ ਪੜ੍ਹੇ ਮੇਰੇ ਭਾਈ ਸਾਹਿਬ ਸਨ ਇਹ ਇਹਨਾਂ ਦੋ ਜੁੱਟ ਹੁੰਦਾ ਸੀ ਇਕੱਠੇ ਸਕੂਲ ਜਾਂਦੇ ਸਨ ਥੱਲੇ ਅੱਛਾ ਆਉਣਾ ਡੇਲੀ ਗਿਣਾ ਤਾਂ ਮੁੜੀ ਵਾਪਸ ਆਉਣਾ ਉਹ ਪ੍ਰਾਇਮਰੀ ਸਕੂਲ ਹੋਇਆ ਸੀ ਕੋਈ ਹਾਂ ਪ੍ਰਾਇਮਰੀ ਸਕੂਲ ਸਾਡੇ ਗ੍ਰਾਮ ਦਾ ਹੀ ਹੈ ਮਾਸਟਰ ਸੀ ਇੱਕ ਛਣਕੂ ਰਾਮ ਉਸਨੇ ਕਿਤੇ ਪਿਸ਼ਾਵਰ ਰਾਵਲਪਿੰਡੀ ਵਾਲੇ ਪਾਸੇ ਐਜੂਕੇਸ਼ਨ ਹਾਸਲ ਕੀਤੀ ਅਤੇ ਫਿਰ ਉਸਨੇ ਆਖਿਆ ਕਿ ਬਾਈ ਹੁਣ ਮੈਂ ਗ੍ਰਾਂ ਚੱਲ ਕੇ ਸਕੂਲ ਬਣਾਵਾਂ ਤਾਂ ਕਿ ਸਾਰੇ ਲੋਕ ਇਹ ਤਾਲੀਮ ਜਿਹੜੀ ਹਾਸਲ ਕਰੇ ਸਕੂਲ ਬਾਬਾ ਜੀ ਗੌਰਮੈਂਟ ਨੇ ਹੋਣੇ ਸੀ ਜਾਂ ਆਪਣੇ ਲਈ ਪ੍ਰਾਈਵੇਟ ਬਣਾਏ ਸੀ ਇਹ ਉਹਨਾਂ ਦਾ ਪ੍ਰਾਈਵੇਟ ਜਿਹੜੇ ਬੱਚੇ ਪੜ੍ਹੇ ਜਾਣੇ ਸੀ ਕੀ ਦੇਣੇ ਸੀ ਮਾਸਟਰ 4 ਆਨੇ ਮਹੀਨਾ
अच्छा तो छनकू राम और जिहड़े से वो किन्ने पढ़े ने से छनकू राम और आपा भी पंजवीं पास ही सन अच्छा पंजवीं पास ही उन्हें स्कूल खोल हाँ स्कूल खोल दिता उन्हें कैसा खाली उर्दू है सी उत्ता और भी खाली उर्दू ही है सी बस ये आलत हाँ। ये नहीं है बस हाँ अच्छा अच्छा उस तो बाद फिर स्कूल रावला कोट सी रावला कोट प्रॉपर मैट्रिक तक स्कूल सी वो अच्छा स्कूल था और डाक बंगला से उत्थे मुनसिफ कोट से हॉस्पिटल से छोटा जहा डॉक्टर बैठता से अच्छा हाँ कल सुना तो ये रावला कोट जेडे जज ई है अपना मोती राम और इत्ता बेने से जज मोती राम और पहले बैठते सन हाँ। बाद ट्रांसफर होके बाग चले गए सन अच्छा ते इत्थे आए सन सरदार अमीर सिंह होरी पिता जज आए इत्थे जज जिला भाणपे वाला अमीर सिंह और अमीर सिंह और सन अच्छा अच्छा हाँ। इं फौज फाज मिलिट्री मुलट्री भी थी सी उत्ते रावला कोट च रावले कोटे च जिस वक्त महाराजा गया ना उदू ते वो वापस आया था वापस आके उसने फौज भेजी थोड़ी है फौज सी ते वो मेजर हुंदा सी इंचार्ज मेजर खजूर सिंह मेजर खजूर सिंह ते वो है उत्थे सी ते थोड़े जे सिपाही सन ते बाकी जिस वक्त हमला हो गया अच्छा ये तो चलो हमला बाद होया पहले पहले इसकी पहले मतलब तुस सारे अमन प्यार नाल सारे रहने बिल्कुल अमन प्यार एक दूसरे दी कहियां करदे सन अच्छा लेतरी जड़ी है ना सब मिली जुली हुंदी सी अच्छा लेतरी है मुसलमान भी कहने से इन्हें बिल्कुल कहने से मुसलमान ने तुसी भी कहने से आहो असे भी कहने से ब्याह शादी भी इकट्ठे ब्याह शादियां जी कई जड़े बड़े बड़े लोग सन ना वो दो मेल करदे सन ब्याह च हाँ एक दिन एक मेल हो गया जी प्योर ना प्योर बरादरी दा एक मेल हो गया मुसलमान बरादरी दा अच्छा हाँ अच्छा तो ब्याज आम लोग तो ही है माड़ा मोटा बेचारे क्यों इशू होता है चोल चाली से हाँ क्यों चोल तो खंड बस खंड बस सुना जी उन्हें पढ़े खंड कुछ आने से बुरा खंड इधर लै जाते सर कि पंजाब वाले बुरा कह के से वो थोड़ी लाल किस्म की खंड होंगी सी अच्छा, अच्छा, उसके बुरा खंड उस बुरा खंड मैन डाइट सी होते हैं मैन डाइट अच्छा ये सारे लोग कले मिले रहे से गुरुद्वारा भी तुम्हें मिले रहे साड़ा गुरुद्वारा भी से हाँ वो गिने से लोग गुरुद्वारे थे हाँ गिने अच्छा, से अमृतधारी लोग उले भी थे से बहुत घट एक दो भाई है भाई रतन सिंह सी साड़ा चाचा ही है सही अच्छा उस समय मामूली मामूली याद कृपान पाई दी देखी बाकी मेरे फादर साहब सन ऐसे ना अमृतधारी भी हैं मतलब ऐसा नहीं फिर अमर शकिया दूर गया ना मैं लगना डेरी साहब ही नहीं होले नहीं हाँ डेरी साहब ही गए से ये तीसरे साल जदों डेरा जांदा सी ना मंत मंगल सिंह और मेरे फादर साहब ने मंत मोहर सिंह को अमृत छकिया सी अच्छा अच्छा उन्ने ओदों ना छकिया उन्ने ओदों दा छकिया दा सी आ फिर ओ जेड़े अगे सूझ बाण से नाले पता लाका लगना सा पिछड़े रही है जेड़े रही है हां जी हां जी अच्छा मतलब जानी बड़े अमर शांति प्यार नाल लोग सारे बिल्कुल प्यार नाल कोई लड़ाई झगड़ा कोई नहीं कुछ नहीं कुछ अच्छा कुछ मिलनी है जेड़ी तुस बचपन च आज बच्चे गेमा खेलने कोई मोबाइलर लगाना कोई किसी तोड़े टाइम क्या क्या खेलने से हो सारे गेम सारे टाइम खिन्नू खेलदे सन ना ना प्लास्टिक कपड़े दा बनाई सीढ़ी वो एक दूए नु मारना फुटबॉल भी कोई होंदा है वॉलीबॉल भी कोई होंदा है सिर्फ ये सी के खिन्नू खेलना जी हाँ या फिर संतोलिया होंदा सी एक ठीकरिया रखी खेडदे सन कोडी भी उत्थे दे नहीं मैं कोड़ी खेड़दे सन पर मैनू कोई खास कोड़ी दी होश नहीं बाकी क्रिकेट शिरकट होकी ते पता नहीं ना 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 कुछ पता अच्छा, नहीं अच्छा बिजली नहीं कख नहीं ते राती कह होई दिलियां राती दिलियां कुसा कुसा दीवे रखे ने से तेल आले वो तेल कुथों आना से तेल नहीं ज्यादातर घ्यो पाई जलाई छोड़ने से उस घ्यो ना बाल घ्यो ना बाल राती फिर खाई किन्ने मैंने रोटी सही है क्योंकि बस सूरज डुबिया तो रोटी खा लेनी रोटी खा कर सो जाना तो सवेरे जल्दी उठना ने नौ साढ़े उस आने से है पेसी दियो चढ़ी आ पेसी दियो चढ़ी आ ते चलो जी नारी करो तो माल खोलो त्याड़ी माल है त्याड़ी माल है पूरी बोतल रोटी छुटी होता है करनी खाने से ना करा नहीं तो फिर त्रै चार बजे नाल आए वापस ते नारी की ते फिर मुड़ बारिया बारिया जेड़े माला वाले गए ने हुए हो करा वाले कर तुसें किन्ना माल साहब साढ़े जेड़ी मैनू से वो चार पांच डंगर सन एक गौ सी दो बच्चे सन उसते जो भी रखी एक दाने नहीं जोड़ी भी सी और तुसें जमीन जमीन अच्छी सी जमीन ऐसी अच्छा हां वो पिताजी कर रहे से हां पिताजी थोड़े जिम्मेदारी कर रहे से
ਨਹੀਂ ਪਹਿਲਾਂ ਪਿਸ਼ਾਵਰ ਰਹੇ ਨਾ ਨਹੀਂ ਉੱਤਾਂ ਕੀ ਕਰਨ ਸੀ ਕਿੱਥੇ ਪਿਸ਼ਾਵਰ ਪਿਸ਼ਾਵਰ ਸਕੂਲ ਹੀ ਸਨ ਇੰਪਲਾਈ ਅੱਛਾ ਇੰਪਲਾਈ ਸੀ ਇੰਪਲਾਈ ਸੀ ਅੱਛਾ ਪਿੱਛੇ ਆਣੀ ਕੀਤੀ ਨਹੀਂ ਹਾਂ ਬਾਅਦ ਹੀ ਜਿਵੇਂ ਪਿਤਾ ਜੀ ਕਿੱਥੇ ਪੜ੍ਹੇ ਦੇਖੋ ਨਾ ਉਸ ਇਲਾਕੇ ਪੜ੍ਹਾਈ ਸੀ ਉੱਥੇ ਕਿਸੇ ਦੇ ਘਰ ਉਹਨਾਂ ਕੰਮ ਕੀਤਾ ਤਾਂ ਉੱਥੋਂ ਉਹਨਾਂ ਨੇ ਉਹ ਲੇਡੀ ਬਹੁਤ ਚੰਗੀ ਸੀ ਉਸ 'ਤੇ ਬੱਚੇ ਦੋ ਪੜ੍ਹਦੇ ਸਨ ਉਹਨਾਂ ਨੂੰ ਉਹ ਪੰਜਾਬੀ ਪੜ੍ਹਾਉਂਦੇ ਸੀ ਅਤੇ ਨਾਲ ਇਹਨਾਂ ਨੂੰ ਵੀ ਆਖਣ ਲੱਗੇ ਤੂੰ ਵੀ ਪੜ੍ਹ ਜਾ ਇਹਨਾਂ ਉੱਥੇ ਪੰਜਾਬੀ ਸਿੱਖੀ ਤਾਂ ਬਾਕੀ ਆਮ ਉੱਥੇ ਫੋਰਥ ਕਲਾਸ ਸੀ ਅਸੀਂ ਡਿਊਟੀ ਇਹਨਾਂ ਦੀ ਸਕੂਲ 'ਚ ਅਤੇ ਉਸ 'ਚੋਂ ਜ਼ਿਆਦਾ ਪੜ੍ਹੇ ਲਿਖੇ ਦੇ ਲੋੜ ਹੈ ਹੀ ਨਹੀਂ ਸਨ ਲੋੜ ਹੈ ਸੀ ਪਰ ਬੰਦੇ ਹੈ ਨਹੀਂ ਸਨ ਬੰਦੇ ਹੈ ਨਹੀਂ ਸਨ ਫਿਰ ਉਸ ਤੋਂ ਬਾਅਦ ਜ਼ਿੰਮੇਦਾਰੀ ਵੀ ਕਰਨੀ ਹਾਂ ਜ਼ਿੰਮੇਦਾਰੀ ਵੀ ਅੱਛਾ ਮੁੜੀ ਜੇ ਜੋ ਜਗਦਮ ਚੱਕਰ ਬਣੀ ਆ ਜੇ ਜਿਹੜਾ ਬਣ ਪਈ ਇਸ ਨਾਲ ਕੋਈ ਪਹਿਲੇ ਰੋਲਰ ਪਾਸ ਆਇਆ ਕਿ ਜਗਦਮ ਹੋਈ ਨਹੀਂ ਰੋਲਰ ਆਪਾਂ ਥੋੜ੍ਹਾ ਥੋੜ੍ਹਾ ਸੁਣਦੇ ਸਾਂ ਮਤਲਬ ਅੱਜ 10 ਬੰਦੇ ਉੱਥੇ ਮੀਟਿੰਗ ਹੋ ਗਈ ਇਹ ਸਲਾਹ ਆਉਂਦੇ 'ਚ ਜੇ ਤੁਹਾਡਾ ਕੋਈ ਆਵੇ ਤਾਂ ਤੁਸੀਂ ਸਾਨੂੰ ਬਚਾਉਣਾ ਸਾਡਾ ਕੋਈ ਆਵੇ ਤਾਂ ਅਸੀਂ ਤੁਹਾਨੂੰ ਬਚਾਵਾਂਗੇ ਅੱਛਾ ਇਹ ਮੀਟਿੰਗਾਂ ਕਰ ਰਿਹਾ ਪਈ ਇਹ ਮੀਟਿੰਗਾਂ ਸ਼ੁਰੂ ਹੋ ਗਈਆਂ ਮਤਲਬ ਨਹੀਂ ਪੰਜਾਬ 'ਚ ਜਿਹੜਾ ਰਿਵੋਲਟ ਉੱਧਰੋਂ ਸ਼ੁਰੂ ਹੋਇਆ ਇਸ ਨਹੀਂ ਖਬਰ ਇਸ ਨਾਲ ਮਤਲਬ ਪੁੱਛਣੀ ਸੀ ਨਾ ਇਲਾਕੇ 'ਚ ਪਤਾ ਲੱਗਣਾ ਸਾ ਲੋਕਾਂ ਘੱਟ ਵੱਧ ਮਤਲਬ ਕਿ ਇਹ ਮੈਨ ਉੱਧਰ ਸ਼ੁਰੂ ਹੋਇਆ ਹਾਂ ਮੈਨ ਉੱਧਰੋਂ ਸ਼ੁਰੂ ਹੋਇਆ ਪਰ ਉਹ ਦੇਖੋ ਨਾ ਅਗਸਤ 15 ਨੂੰ ਆਜ਼ਾਦ ਹੋਇਆ ਹਾਂ ਤੁਹਾਡਾ ਨਵੰਬਰ ਦੀ ਅੱਛੀ ਹੋਇਆ ਅਤੇ ਸਾੜਾ ਜਾ ਕੇ ਅਕਤੂਬਰ 'ਚ ਨਵੰਬਰ ਨਹੀਂ ਅਕਤੂਬਰ 'ਚ ਮਤਲਬ ਅਸੂ ਦੀਆਂ ਮੱਕਾਂ ਕੱਟ ਕੇ ਅਸੀਂ ਘਾਹ ਕੱਟ ਕੇ ਅਤੇ ਲਾਈਆਂ ਅਤੇ ਉਸ ਤੋਂ ਬਾਅਦ ਹੀ ਨਹੀਂ ਕੁਛ ਛਿੱਲੀਆਂ ਵੀ ਦੀਆਂ ਵੀ ਸਨ ਹਾਂ ਛਿੱਲੀਆਂ ਦੀਆਂ ਵੀ ਸਨ ਤਾਂ ਫਿਰ ਅਕਤੂਬਰ ਕਿਉਂਕਿ 24 ਅਕਤੂਬਰ ਕਾ ਇਹਨੇ ਡਿਕਲੇਅਰ ਕੀਤਾ ਸਾਹਿਬ ਯੂਕੇ ਨਾਲ 24 ਅਕਤੂਬਰ 1947 ਨਾਲ ਉਹ ਹੀ ਅਕਤੂਬਰ ਨਾ ਮਹੀਨਾ ਹੈ ਸਰ ਆਹੋ ਅਕਤੂਬਰ ਫਿਰ ਤੁਸੀਂ ਰਾਤੀ ਪਤਾ ਲੱਗਾ ਕੋਈ ਹੁਣ ਰਾਤੀ ਸਾਡੇ ਫਾਦਰ ਸਾਹਿਬ ਦਾ ਦੋਸਤ ਸੀ ਇੱਕ ਸਾਡੇ ਪਿੰਡ ਦੇ ਨਾਲ ਦੂਆ ਪਿੰਡ ਸੀ ਸਿੰਘੋਲਾ ਨਾਂ ਸੀ ਉਸਦਾ ਸਿੰਘੋਲਾ ਸਿੰਘੋਲਾ ਅੱਛਾ ਉਹ ਸਿੰਘੋਲਾ ਤਹਿਸੀਲ ਬਾਗ ਵਿੱਚ ਪੈਂਦਾ ਸੀ ਅੱਛਾ ਉਹ ਸਿੰਘੋਲਾ ਦਾ ਰਹਿਣ ਵਾਲਾ ਸੀ ਉਸਦਾ ਨਾਂ ਸੀ ਗੁਲਾਬ ਮੁਸਲਮਾਨ ਸਾਹਿਬ ਮੁਸਲਮਾਨ ਸੀ ਅੱਛਾ ਉਹ ਰਾਤੀ ਲੇਟ ਜਿਹਾ ਹੀ ਆਇਆ ਅਸੀਂ ਚੁੱਲ੍ਹੇ ਕੋਲੀਆਂ ਬੈਠੇ ਦੇ ਸਨ ਉਹ ਇਹਨਾਂ ਨੂੰ ਬੁਲਾ ਕੇ ਬਾਹਰ ਲੈ ਗਿਆ ਮੇਰੇ ਫਾਦਰ ਸਾਹਿਬ ਨੂੰ ਤਾਂ ਆਖਣ ਲੱਗਾ ਭਾਈ ਗੱਲ ਇਹ ਹੈ ਕਿ ਹਾਲਾਤ ਐਸੇ ਬਣ ਗਏ ਕਿ ਅੱਜ ਤੋਂ ਹੁਣ ਇਕੱਠੇ ਨਹੀਂ ਰਹਿ ਸਕਦੇ ਅਤੇ ਤੁਸੀਂ ਇਹ ਕਰ ਤੁਸੀਂ ਇੱਥੇ ਇਕੱਲੇ ਹੋ ਅਤੇ ਤੁਸੀਂ ਇਹ ਗੱਲ ਕਰੋ ਕਿ ਬਾਈ ਤੁਸੀਂ ਚੁੱਪ ਕਰਕੇ ਥੱਲੇ ਆਪਣੇ ਗ੍ਰਾਂਟ ਚਲੇ ਜਾਓ ਅੱਛਾ ਤੁਸੀਂ ਉਸ ਲਈ ਉੱਪਰ ਸਿਆ ਉਸ ਲਈ ਉੱਪਰ ਸਿਆ ਟੋਕਾ ਟੋਕਾ ਵਾਲੀ ਗੱਲ ਸੁਣਾ ਅੱਸੂ 'ਚ ਥੱਲੇ ਘਾਹ ਕੱਪਿਆ ਨਹੀਂ ਤਾਂ ਤੁਸੀਂ ਫਿਰ ਘਾਹ ਕੁਛ ਕੱਪਿਆ ਨਹੀਂ ਸਾਡੀ ਜ਼ਿਆਦਾ ਜ਼ਮੀਨ ਉੱਪਰ ਸੀ ਕਾਏ ਵਾਲੀ ਕਾਏ ਵਾਲੀ ਉੱਪਰ ਸੀ ਇੱਥੇ ਸੀ ਇਹ ਮੱਕ ਵਾਲੀ ਹੈ ਅਤੇ ਇਹ ਮੱਕ ਵੀ ਕੱਟ ਕੁੱਟ ਕੇ ਕਾੜੀਆਂ ਲਾਈ ਦੀਆਂ ਸਨ ਅੱਛਾ ਪਰ ਤੁਸੀਂ ਉਸ ਸੁਣਾਇਆ ਉਹ ਸੁਣਾਇਆ ਉਹ ਸੁਣਾਇਆ ਤਾਂ ਫਿਰ ਅਸੀਂ ਉੱਥੋਂ ਮਤਲਬ ਜਾ ਕੋਈ 2-3 ਘੰਟੇ ਉਹ ਗਿਆ ਉਹਨਾਂ ਵਾਪਸ ਤਾਂ ਥੱਲੇ ਗ੍ਰਾਂਟ 'ਚੋਂ ਮੇਰੇ 2 ਚਾਚੇ ਹੋਰ ਉਹਨਾਂ ਨਾਲ 2-3 ਬੰਦੇ ਇਹ ਚਲੇ ਗਏ ਉਹ ਆ ਕੇ ਮੇਰੇ ਫਾਦਰ ਸਾਹਿਬ ਨੂੰ ਆਖਣ ਲੱਗਾ ਭਾਈ ਜੀ ਤੁਸੀਂ ਇੱਥੇ ਹੈ ਇਸ ਲਈ ਤਾਂ ਹਾਲਾਤ ਖਰਾਬ ਹੋ ਗਏ ਹੈ ਲੋਕ ਨੱਸਣੇ ਲੱਗੇ ਨੇ ਤਾਂ ਤੁਸੀਂ ਉੱਪਰ ਕੇ ਕਰਦੇ ਹੋ ਉਹ ਫਿਰ ਮੇਰਾ ਜਿਹੜਾ ਚਾਚਾ ਸੀ ਇੱਕ ਉਸਦਾ ਨਾਂ ਸੀ ਖਜਾਨ ਸਿੰਘ ਉਸਨੇ ਫਟਾਫਟ ਮੈਨੂੰ ਚੁੱਕਿਆ ਅਤੇ ਬਾਕੀ ਸਾਜ ਸਮਾਨ ਇਹਨਾਂ ਜਿਹੜਾ ਕੋਈ ਥੋੜ੍ਹਾ ਬਹੁਤ ਹੋਇਆ ਸੀ ਲਿਆ ਐਵੇਂ ਮਾਮੂਲੀ ਹੋਇਆ ਉਹਨਾਂ ਜ਼ਿਆਦਾ ਨਾ ਅਤੇ ਉਹ ਜਿਸ ਜਿਹੜਾ ਮੇਨ ਰਸਤਾ ਸੀ ਉਸ ਰਸਤੇ ਨੇ ਜਿਹੜਾ ਦੂਆ ਹੋਰ ਰਸਤਾ ਸੀ ਉਸ ਰਸਤੇ ਉਹ ਨਿਕਲ ਕੇ ਜਿਹੜਾ ਸਾਨੂੰ ਥੱਲੇ ਲਿਆ ਗ੍ਰਾਂਟ 'ਚ ਅਤੇ ਗ੍ਰਾਂਟ 'ਚ ਅਸੀਂ  2-3 ਦਿਨ ਹੀ ਰਹਿਆਂ ਤਾਂ ਫਿਰ ਚਲੋ ਗ੍ਰਾਂਟ 'ਚ ਰੁਕਿਆ 2-3 ਦਿਹਾੜੇ ਆਹੋ ਜਿਹੜੀ ਥੱਲੇ ਘਰ ਸੀ ਨਾ ਮੈਨ ਘਰ ਉਹੀ ਅਸੀਂ ਨਾ ਥੱਲੇ ਅੱਛਾ ਉੱਥੇ ਠੀਕ ਸਾਹਿਬ ਹੈ ਉੱਥੇ ਠੀਕ ਸੀ ਹਾਂ ਉੱਥੇ ਰੁਕਿਆ ਤਾਂ ਫਿਰ ਉੱਥੇ ਵੀ ਚਲੇ ਗਏ ਇੱਕ ਦਿਨ ਰਾਤੀ ਹੈ ਜਦੋਂ ਰੋਲਾ ਪੈ ਗਿਆ ਜੀ ਚਲੋ ਚਲੀਏ ਜੀ ਨਿਕਲੇ ਰਾਤੀ ਅਤੇ ਸਾਡੇ ਅੱਗੇ ਜਾ ਕੇ ਇੱਕ ਨੰਬਰਦਾਰ ਸੀ ਹੁਸੈਨ ਖਾਨ ਉਸਦਾ ਘਰ ਸੀ ਉਸਦੇ ਘਰ 'ਚ ਅਸੀਂ ਰੁਕੇ ਕਾਫੀ ਫੈਮਿਲੀਆਂ ਅਤੇ ਉਸ ਕੀਤੀ ਮਦਦ ਨਹੀਂ ਉਹ ਲੱਭਿਆ ਨਹੀਂ ਸਾਨੂੰ ਉੱਥੇ ਘਰ ਖਾਲੀ ਸੀ ਘਰ ਖਾਲੀ ਸੀ ਅਤੇ ਇਸ ਤਰ੍ਹਾਂ ਚੱਕੀ ਲੱਗੀ ਦੀ ਸੀ ਬਾਹਰ ਅਤੇ ਮੇਰੇ ਚਾਚੇ ਸਕੇ ਦੀ ਸੱਸ ਜਿਹੜੀ ਹੈ ਉਹ ਚੱਕੀ ਪੀਂਦੀ ਸੀ ਅੱਛਾ ਅਤੇ ਉਹਦੀ ਝੋਲੀ ਵਿੱਚ ਉਸਦੀ ਝੋਲੀ 'ਚ ਕੁੜੀ ਸੀ ਉਸਨੂੰ ਕੋਈ 2-2.5 ਸਾਲਾਂ ਦੀ ਹੋਈ ਹੋਣੀ ਹੈ ਥੱਲਿਓਂ ਆਏ ਗੋਲੀਆਂ ਮਾਰਦੇ ਤਾਂ ਗੋਲੀ ਲੱਗੀ ਉਸਦੇ ਸਿਰ 'ਚ ਤਾਂ ਕੁੜੀ ਮਰ ਗਈ ਉੱਥੇ ਮੌਕੇ 'ਤੇ ਹੀ ਹੈ ਅਤੇ ਬਸ ਰੋਲਾ ਪੈ ਗਿਆ ਨੱਸਣੇ ਸ਼ੁਰੂ ਹੋ ਗਏ ਲੋਕ ਚੱਕੀ ਉੱਤੇ ਰਹੇ ਚੱਕੀ ਉੱਥੇ ਹੀ ਰਹੇ ਚਾਚੀ ਠੀਕ ਸੀ ਉਸ ਵੀ ਲੱਗੀ ਚਾਚੀ ਠੀਕ ਸੀ ਹਾਂ ਮਤਲਬ ਨਾਨੀ ਲੱਗਣੀ ਸੀ ਠੀਕ ਸੀ ਉਹ ਅਤੇ
उस तो बाद उदे दरवाजे सारे अंदरों अंदर ही सन। वो अंदर ही अंदर ही दरवाजे चों असी मेरे फादर साहब ने मैंने चुकया, मेरे भैन भरा ये सारे उधरों पोड़ के अंदरों अंदर ही निकल के असी रावलाकोट चढ़े गए। उतों रावलाकोट थोड़ा सी ते उत्थे मस्जिद से जड़ी रावलाकोट दी उसी च असी जाके रहे। मस्जिद मस्जिद उत्तर मुसलमान थे जे के पीछे ना ना उसले बाजार ना ना उसले वो छोड़ के चले गए सन। अच्छा वो भी नसी है वो आगे पीछे चले गए ना तो ये पढ़ के ने अच्छे ने नवासी आओ आओ वो आगे पीछे चले गए। अच्छा उत्थे रहे असि काफी दिन मस्जिद च ते उत्थों फिर बाद थले एक प्लान एरिया सी उस प्लान एरिया च असा मोर्चे बना ले। अच्छा हां हां फिर असि उन्ना मोर्चे चले गए। मोर्चे का हथियार थू थिया सा किरपान से एक फादर साहब को और कोई ते एक दिन शामें जा मेरे नाना जी आ गए। वो आखन लगे भाई इस तरह मेजर खजूर सिंह ने कह दिता कि कल नू असा कैंप जड़ा है इत्थे अस निकल जाएंगे ते असी चलांगे। ते मेरी माँ नू गर्दन दा दर्द सी अजकल दा सर्वाइकल आखदे ने उसले होया उसे किसी नू पता नहीं सी। उसने मन मेरे नाना जी ने जिसले हालत देखी आके तो आखन लगा भाई वो तो बड़ी मुश्किल हो गई ये किस तरह निकलेंगे जानगे मुंडा भी निका है इसनू भी बुखार है। फिर उसने नाने मेरे ने अरदास की थी अपने मन च कि भाई ये अगर मेरा टब्बर सारा निकल जाए सिलसिलम पूज जाए तो मैं शहीद सिंह का प्रसाद देंगा। अच्छा तो ये गल उन्हें अपने मन च धारी तो वो चले गए। रात असं सुते हैं तो मेरी माता जी ने सुपना आया पांच सिख जड़े चंगे महंदरे वाले वो देरी साहब तो चले। देरी साहब उत्थे साढ़े नज़दीक ही सी रावलाकोट दे आहो देरी साहब तो चले। उन्होंने आके नहर नहर हुंदा ना नहर तुखाने होने से वो उन्होंने मरोड़ के माता जी दी इत्थे गर्दन ते पाया सुपने च ते एक दूए नूं आखन लगे भाई चलो हुण इह ठीक हो जाणगे ते चूंकि कल इन्हों का कैंप है जड़ा जाना है इन्हों का ठीक हो जाए। अच्छा सवेरे जागे माता जी तो आखन लगे जी यह गल गर्दन इधर मोड़न गल फिट फार ठीक ठाक। तो उस तो बाद फिर शामी असं उतों निकले जिदा पुंछा वाले पास हाँ लेकिन जोड़ा सा मेन रोड से मदारपुर वाला इस ते आले दुआले सारी माइनिंग हो गई थी। अच्छा उन्हें माइन लाई ये रोड बन गई थी सी रोड ही सिर्फ कंकरा पियाला सी ते उस आले दुआले सारी माइनिंग सी कि इससे रस्ते आएंगे। ते अगले दो दिन पहले फिर चार पेटियां अमनेशन सटिया उन्होंने जहाज गया उसने चार पेटियां अमनेशन सटिया दो उन्होंने कब्जे चली गई तो दो साढ़े कब्जे च आई वो जड़िया दो आईया तो नाल उसते जो लैटर लिखा था सी ना वो साढ़े कब्जे च आया जिस मैसेज भी आया तो लैटर भी सी कि भाई तुम निकल जाओ। उतों फिर असं शामी लेट जा ही निकलिया तो सारी रात चलते रहे तो दो सवा दो किलोमीटर सारा सफर होया पूरी रात पहाड़ी इलाका पहाड़ी इलाका कई नंगे पै रहे से ते ओ अगे आके फिर किते ओ रस्ते आर्मी दो पासे चलदे सी किते दुश्मन दा देखिया ते ओ रोक देंदे सी बैठो 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 फिर उठो चल डिफेंस कर करके। ते खाना पीना कख नहीं खाना पीना उस दिन दा असी उत्थों मतलब बनाए दे सन फुलके ओ खा के चलिया ते सवेरे बस असी उस जगह पुजे जिथे साडा टोक वाला मकान सी उपर उत्थे पुजियां ते ओ नाल ही एक पीर सी मेरी माँ मैनू कहन लगी कि तू इत्थे बैठ पीर ते तो मैं थले देख आवां मकान है अग लग गई कि होया। मैं उस पीर कोल बैठा रहा उत्थे माता मेरी गई उन्होंने जाके देखिया ते देखिया कह भाई है मकान सी पुराने दादे पड़दादे दे वेले दा काठ बड़ा वधिया सी उसले उस जंगल नूं ईरू आखदे सन ईरू दा काठ सी वो सारा वो पुट के लै गए। अच्छा साड़े आनी नहीं ना साड़े आनी पुट के लै गए वापस आए तो माई आखन लगे जी वो सब कोई पुट के लै गए न तो चलो हम चलिए नाल ही रस्ता लंघता से तो लोग जा रहे सन काफला पूरा अस ही एक दूए नालों बिछड़ गए परिवार ही अपना पर साढ़े फादर साहब ने प्लैनिंग की थी
कि थोड़ा थोड़ा भार ना साड़ी वड्डी भैन सी उसनों एक पतीला पांच छे भार चुकाना सी पांच छे किलो आटा पा के अच्छा एक भैन कोल घ्यो दा डब्बा दो ढाई किलो तो गुड़ एक भैन नूं दित्ता सन जिहड़े मेरे भाई साहब हैं इन्हां कोल भांडे सन सारे तवा दो थालियां दो त्रै गलास हाँ हाँ ते ओ फिर जिथे राती रहिए पहली रात आके असी वो पहली रात एक रस्ते चलदे हो गई दूई रात आके असी उत्थे रहे उस जगह का नाम सी सरानीएल 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 अच्छा वो प्लैन सी जगह थोड़ी जी तो उत्थे उस रात असी उत्थे कटी अच्छा दो रात हुई उतों फिर बल्ला टुरिया वापस ना जी असी पंजवें दिन पुजे अच्छा तू साडा इन्ने स्लो है रुकी रुकी हां रुकी रुकी है रस्ता पहाड़ी सी ना ते एक एक बंदा चलदा सी खतरा भी सना नाले खतरा भी सी अच्छा गल सुन जिल्ला तू पहुंच पुजया इत्ता अग्गी कोई बंदोबस्त था सा कोई खास बंदोबस्त ना सा कोई कनिया जईया चावल उन्होंने देते उन्हों को भी स्मेल आंदे सी दो दिन वो खांदे रहे पाउडर पाउडर बया ना सानी तो उस सगन बीमार बड़ी हुई दुनिया आहो लोगों ने पेचस लगे अच्छा ब्रिगेडियर प्रीतम सिंह और ना बड़ा एम रोड रिया उठे जी ब्रिगेडियर प्रीतम सिंह और जेड़ा वजीर सी काक उथों दा उस काक ने छांजल दा पुल जला दिता लैके साढ़े लोग ही गया छांजल ना पुल कुथू इना सवला पीछे कुछ कने जुड़ना सर यानी पुंछ का केड़ा एरिया कटया गया उसकने उस नाल एरिया पुंछ सिटी सारी कटी गई ना अच्छा सिटी सिटी कटी हुई बिल्कुल ना ना सिटी तू पीछे जाके छांजल दा पुल आंदा सही ना अच्छा ए जिथे मोती महला ने हुन भी तुसी पुंछ जांदे हो ना ए रोड सी जी पहले ही या रोड सी उड़ी जांदे सी जेड़ी आहो उड़ी ही कि नहीं सी उड़ी या रोड लगाना उथे मा हां उड़ी पता नहीं 101 मील लिखया दा शायद ते ओ इस रस्ते आए दे वो उड़ी वाले रस्ते आए श्रीनगरों उड़ी उड़ी तो इधर निकल आए अगे पुल जला देता अच्छा इन वाले पूछने कोल कल पुजी है आहो छांजल कोल जलाए आहो छांजल है कि जी दुश्मन आ रहे हैं इधर है ते गए साढ़े लोग ही है फिर जाके देखा जिसलै वो पुजिया पता लगा भाई ये नहीं ये अपनी फौज है उसले फिर कोई थोड़े बहुत आर्मी का इंतजाम रस्से रुस्से जे ला लू के तो फिर ब्रिगेडियर का कोई थोड़ा जहा ਅਮਨੇਸ਼ਨ ਵਗੈਰਾ ਉੱਟ ਪਾਇਆ ਉਹਨੇ ਅੱਛਾ ਗੱਲ ਸੁਣਾ ਜਿਹੜਾ ਬ੍ਰਿਗੇਡੀਅਰ ਪ੍ਰੀਤਮ ਸਿੰਘ ਹੈ 40,000 ਬੰਦਾ ਜਿਹੜਾ ਉੱਥੇ ਬਚਾਇਆ ਜਿਹੜੀ ਉਸ ਉੱਪਰ ਬਾਹਰ ਐਲੀਗੇਸ਼ਨ ਲੱਗਿਆ ਵੀ ਉਸ ਉਹ ਸ਼ਮਸ਼ਾਨ ਘਾਟ ਆਪਣਾ ਜਿਹੜਾ ਪਟਿਆ ਕਬਰਸਤਾਨ ਉਹ ਤੁਸੀਂ ਕਹਿਣਾ ਕਿ ਵੀ ਅਗਰ ਕਬਰਸਤਾਨ ਨਾ ਪਟਿਆ ਗਿਆ ਨਾ ਉਸ ਟਾਈਮ ਤਾਂ 40,000 ਬੰਦਾ ਬਚਣਾ ਮੁਸ਼ਕਲ ਸਾ ਬਿਲਕੁਲ ਨਹੀਂ ਸੀ ਬਚਦਾ ਖਾਣਾ ਕੀ ਸੀ ਇਹ ਵੀ ਤਾਂ ਜਿਸ ਬਿਲਕੁਲ ਇਹ ਵੀ ਜਿਸਲੇ ਉਹ ਆਇਆ ਉਸਨੇ ਚਾਰੋਂ ਤਰਫ ਪਿਕਟਾਂ ਲਾਈਆਂ ਦੁਸ਼ਮਣ ਨੂੰ ਰੋਕਣ ਵਾਸਤੇ ਲੋਕਲ ਮਲੇਸ਼ੀਆ ਖੜ੍ਹੇ ਕੀਤੇ ਜਿਹੜੇ ਐਕਸ ਸਰਵਿਸਮੈਨ ਲੋਕ ਸੀ ਇਹ ਸਾਰੇ ਇਕੱਠੇ ਕੀਤੇ ਕਿਉਂਕਿ ਟ੍ਰੈਂਡ ਸਨ ਜਿਹੜੇ ਹੋਰ ਨੌਜਵਾਨ ਸਨ ਉਹ ਵੀ ਕੀਤੇ ਤੇ ਇਹ ਪਿਕਟਾਂ ਬਣਾਈਆਂ ਚਾਰੋਂ ਤਰਫ ਫਿਰ ਰਾਤ ਨੂੰ ਉਸਨੇ ਕਾਲਮ ਚਾੜਨੀ ਕਾਲਮ ਚਾੜਨੀ ਦੇ ਅੱਗੇ ਜਾਣੀ ਆਰਮੀ ਉਹਨਾਂ ਨੇ ਸਫਾਈ ਕਰਨਾ ਅਤੇ ਪਿੱਛੇ ਸਾਡੇ ਲੋਕ ਅਤੇ ਇੱਕ ਦੋ ਵਾਰੀ ਕਈਆਂ ਕਿਸੇ ਨੂੰ ਚਰਖਾ ਚੰਗਾ ਲੱਗ ਗਿਆ ਕੋਈ ਚੰਗਾ ਪਲੰਘ ਕੱਤਿਆ ਇਹ ਜਿਹੀ ਕੋਈ ਚੀਜ਼ ਉਹ ਜਿਸਲੇ ਦੇਖਦਾ ਸੀ ਰਸਤੇ ਹੀ ਖੜਾ ਹੁੰਦਾ ਸੀ ਤੇ ਸੁੱਟੀਆਂ ਮਾਰਦਾ ਸੀ ਕੜਾਕੇਦਾਰ ਖਾਲੀ ਖਾਣ ਵਾਸਤੇ ਖਾਲੀ ਖਾਣ ਵਾਸਤੇ ਹਾਂ ਅੱਛਾ ਜਿਤਨਾ ਖਾਣ ਵਾਸਤੇ ਆਉਣਾ ਸਾ ਇਹ ਵੀ ਨਹੀਂ ਸਾ ਵੀ ਉਹਨੇ ਘਰ ਪੂਰਾ ਉਜਾੜੀ ਹੈ ਨਾ ਬਈ ਉਹਨੇ ਜੇ ਕੋਈ ਘਰ ਲੱਭੀ ਅੱਛਾ ਉਹਨੇ ਵਾਸਤੇ ਵੀ ਰੱਖਣਾ ਆਪਣਾ ਮਤਲਬ ਕਿ ਪੇਟ ਪਾਲਣ ਵਾਸਤੇ ਆਉਣਾ ਖਾਲੀ ਆਹੋ ਆਪਣਾ ਪੇਟ ਪਾਲਣ ਵਾਸਤੇ ਹੀ ਆਉਣਾ ਅੱਛਾ ਉਹਨਾ ਇਕੱਠਾ ਕਰੀ ਦੇਖਿਆ ਕਿੰਨਾ ਵੱਡਾ ਬਿਜ਼ਨਸ ਹਾਊਸ ਹਾਂ ਹਾਂ ਬਿਲਕੁਲ ਜੇ ਇਹਨਾਂ ਸਮਾਨਾ ਗਿਆ ਭੁੱਖੇ ਮਰੀਏ ਦੇ ਸੋ ਬੰਦੋਬਸਤ ਵੀ ਕੀਤਾ ਕੀਤਾ ਖਾਣਾ ਵੀ ਕੀਤਾ ਬਿਲਕੁਲ ਕੀਤਾ ਉਸ 40,000 ਬੰਦਾ ਇੱਦਾਂ ਵੀ ਪਹੁੰਚਾਇਆ ਹਾਂ ਉਹ ਬੜੇ ਹੈਰਾਨੀ ਨਹੀਂ ਗੱਲ ਦੀ ਵੀ ਲਾਸਟ ਉਸ ਬੱਤੇ ਖਾ ਵਿਦਆਊਟ ਪੈਨਸ਼ਨ ਕਰਕੇ ਉਸ ਨੇ ਡਿਸਮਿਸ ਕੀਤਾ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਨੰਗਾਲੀ ਸਾਹਿਬ ਹਮਲਾ ਹੋ ਗਿਆ ਅੱਛਾ ਨੰਗਾਲੀ ਸਾਹਿਬ ਜਿਸ ਵਕਤ ਹਮਲਾ ਹੋਇਆ ਚਾਰ ਸਿੰਘ ਉੱਥੇ ਲੜੇ ਦੇ ਇੱਕ ਸ਼ਹੀਦ ਹੋ ਗਿਆ ਗੁਰਦੁਆਰਾ ਸਾਹਿਬ ਉੱਪਰ ਕੀਤਾ ਇਹਨੇ ਗੁਰਦੁਆਰਾ ਸਾਹਿਬ ਉੱਪਰ ਉਹਨਾਂ ਅਟੈਕ ਕੀਤਾ ਅਤੇ ਉਹ ਸ਼ਹੀਦ ਹੋ ਗਿਆ ਸਿੰਘ ਅਤੇ ਉਸ ਤੋਂ ਬਾਅਦ ਫਿਰ ਸਾਰੇ ਬੰਦੇ ਇਕੱਠੇ ਹੋਏ ਤਾਂ ਉਹ ਕਹਿਣ ਲੱਗਾ ਪਹਿਲਾਂ ਕਿਤੇ ਸ਼ਾਇਦ ਉਹ ਬੰਦ ਸਾਹਿਬ ਨੂੰ ਕਹਿੰਦੇ ਸਨ ਕਿ ਬਈ ਮੈਂ ਆਰਮੀ ਉੱਥੇ ਭੇਜ ਦੇਣਾ ਅਤੇ ਮੰਦ ਸਾਹਿਬ ਨੇ ਆਬਜੈਕਟ ਕੀਤਾ ਉਹਨਾਂ ਕਿ ਬਈ ਅਜੇ ਉੱਧਰ ਅਮਨ ਹੈ ਕੋਈ ਗੱਲ ਨਹੀਂ ਅਤੇ ਉਹਨਾਂ ਨੇ ਉਹ ਕਰ ਦਿੱਤਾ ਅਟੈਕ ਫਿਰ ਲੋਕ ਇਕੱਠੇ ਹੋ ਕੇ ਗਏ ਕਿ ਮਹਾਰਾਜ ਸਾਡਾ ਇਹ ਡੇਰਾ ਹੈ ਅਤੇ ਤੁਸੀਂ ਚਲੋ ਇਨਕਾਰ ਨਾ ਕਰੋ ਫਿਰ ਉਹ ਆਖਣ ਲੱਗਾ ਅੱਛਾ ਤੁਸੀਂ ਕਹਿੰਦੇ ਹੋ ਤਾਂ ਮੈਂ ਚੱਲਣਾ ਫਿਰ ਉਸ ਆਰਮੀ ਵੀ ਭੇਜੀ ਉਹ ਵੀ ਗਿਆ ਫਿਰ ਗਿਆ ਫਿਰ ਉਹ ਕਹਿਣ ਲੱਗਾ ਕਿ ਬਾਈ ਸਭ ਤੋਂ ਪਹਿਲੇ ਮਹਾਰਾਜ ਦੇ ਸਰੂਪ ਲਿਆਓ ਪਿੰਡੇ 'ਚ ਨਾ ਨੰਗਾਲੀ ਸਾਹਿਬ ਜਿਹੜੇ ਠੀਕ
ਉਹ ਫਿਰ ਮਹਾਰਾਜ ਇੱਕ ਸਰੂਪ ਮੇਰੇ ਫਾਦਰ ਸਾਹਿਬ ਨੇ ਲਿਆਂਦਾ, ਬਾਕੀ ਜਿਹਨਾਂ ਲੋਕਾਂ ਸਰੂਪ ਲਿਆਂਦੇ ਤਾਂ ਉਸਨੇ ਇਹ ਪੁੰਛੋਂ ਬੇਤਾੜ ਜਿਸਲੇ ਟੱਪੋ ਨਾ ਇੱਧਰੋਂ ਜਾਂਦੇ ਹਾਂ ਅੱਗੇ ਥੋੜ੍ਹਾ ਜਿਹਾ ਖੂਨੀ ਫੇਰ ਗੈਪ ਆਉਂਦਾ, ਉਸ ਗੈਪ ਵਿੱਚ ਉਸਦੀ ਜੀਪ ਲੱਗੀ ਦੀ ਅਤੇ ਸਿਰੇ ਉੱਪਰ ਉਸਨੇ ਗਲਾ ਬੰਦ ਦੋਹਰਾ ਕਰਕੇ ਟੁੱਪੀ ਬਣਾ ਕੇ ਪਾਈ ਦੀ, ਹਰ ਕੋਈ ਬੰਦਾ ਡਾਂਗਰੀ ਪਾਈ ਦੀ ਪਛਾਣ ਨਹੀਂ ਸੀ ਸਕਦਾ ਕਿ ਇਹ ਬ੍ਰਿਗੇਡੀਅਰ ਪ੍ਰੀਤਮ ਸਿੰਘ ਹੈ। ਉੱਥੇ ਜਿਸਲੇ ਉਸਨੇ ਮਹਾਰਾਜ ਦੀ ਭੀੜ ਦੇਖੀ, ਇਹਨਾਂ ਨੂੰ ਚੁੱਕੀ ਦੀ, ਆਖ ਲਿਆ ਮੇਰੀ ਗੱਡੀ 'ਚ ਰੱਖੋ ਆ, ਉਹਨਾਂ ਨੇ ਗੱਡੀ 'ਚ ਰੱਖਿਆ ਤਾਂ ਉਹਨੂੰ ਉਸ ਦੇਖਿਆ ਕਿ ਬਾਈ ਇਹਨਾਂ ਨੇ ਲਿਆਂਦਾ ਕੁਛ ਨਹੀਂ ਖਾਣ ਵਾਸਤੇ, ਆਖਾ ਇੱਥੋਂ ਉੱਪਰ ਚੜ੍ਹ ਜਾਓ। ਉੱਪਰ ਚੜ੍ਹੇ ਤਾਂ ਅੱਗੇ ਇੱਕ ਮੱਕ ਦੀ ਲੜੀ ਸੀ, ਦੋ ਬੰਦੇ ਹੋਰ ਛਿਲਦੇ ਸਨ ਤਾਂ ਇਹਨਾਂ ਵੀ ਸੂਆਂ ਨਾਲ ਰੱਖਿਆ ਦਾ ਸੀ, ਇਹਨਾਂ ਵੀ ਛਿਲਣਾ ਸ਼ੁਰੂ ਕਰ ਦਿੱਤਾ। ਹੋਰ ਜਿਹੜਾ ਜਿਹੜਾ ਬੰਦਾ ਮਹਾਰਾਜ ਦਾ ਸਰੂਪ ਲੈ ਕੇ ਆਉਂਦਾ ਸੀ ਉੱਥੋਂ ਉੱਪਰ ਚੜ੍ਹਦਾ ਗਿਆ, ਉਹਨਾਂ ਫਿਰ ਉਹ ਬਾਕਾਂ ਛਿਲਕੇ ਲਿਆਂਦੀਆਂ ਅਤੇ ਉਸ ਦਿਨ ਅਸੀਂ ਉੱਥੇ ਕੱਟੇ। ਜਿਹੜੀ ਗੱਲ ਤੁਸੀਂ ਪੁੱਛੀ ਕਿ ਉਹ ਅਗਰ ਕਬਰਸਤਾਨ ਨਾ ਕਰਦਾ, ਇਹ 40,000 ਬੰਦੇ ਦਾ ਬਹੁਤ ਬਚਣਾ ਮੁਸ਼ਕਲ ਸੀ, ਬੜੀ ਬੜੀ ਅਚੀਵਮੈਂਟ ਹੈ ਉਸ ਬਿਲਕੁਲ। ਜਿਹੜੀਆਂ ਡੱਥਾਂ ਉੱਥੇ ਹੋਈਆਂ ਲੱਕੜ ਨਹੀਂ ਸੀ ਸਾੜਨ ਵਾਸਤੇ, ਉੱਪਰ ਜੰਗਲ ਉਹਨਾਂ ਦੇ ਕਬਜ਼ੇ ਸਨ, ਬਾਹਰ ਬੰਦੇ ਜਾ ਨਹੀਂ ਸਨ ਸਕਦੇ ਦੂਰ ਦਰਾਜ਼, ਅਤੇ ਬਹੁਤ ਸਾਰੀਆਂ ਡੈਡ ਬਾਡੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਹਾਂ, ਆਪੇ ਕੀਤੀ, ਬੜਾ ਰੋਲ ਅਹਿਮ ਰੋਲ ਅਦਾ ਕੀਤਾ। ਅਸੀਂ ਉਸੇ ਦੇ ਜਹਾਜ਼ ਜੰਮੂ ਆਏ, ਅਜਾਬ ਕਰ ਰਹੇ ਹਾਂ ਥੋੜ੍ਹੇ ਜਿਹੇ ਦਿਨ, ਸੈਕਟਰੀਏਟ ਦੇ ਸਾਹਮਣੇ ਅਜਾਬ ਕਰ ਹੁੰਦਾ ਸੀ, ਇਸੀ ਦੇ ਹਾਂ। ਇੱਥੋਂ ਫਿਰ ਅਸੀਂ ਨਗਰੋਟੇ ਗਏ ਹਾਂ, ਨਗਰੋਟੇ 3.5 ਸਾਲ ਕੱਟੇ, ਉੱਥੇ ਸਕੂਲ ਮੈਂ ਉੱਥੇ ਹੀ ਦਾਖਲ ਹੋਇਆ, ਨਗਰੋਟੇ ਹੀ ਆ। ਉਸ ਤੋਂ ਬਾਅਦ ਤੁਸੀਂ ਕਿਹੜੀ ਜਗ੍ਹਾ ਗਿਆ ਨਗਰੋਟੇ ਤੋਂ? ਜਿਵੇਂ ਅਸਾਂ ਲੱਭੀ ਸਿੰਬਲ, ਤਾਂ ਮੁੜੀ ਪੜ੍ਹੇ ਕਸ਼ੀ ਕਿਹੜੇ ਸਕੂਲ ਦੇ ਆ? ਪੜ੍ਹੇ ਅਸੀਂ ਬੋੜੀ ਥੱਲੇ ਸਿੰਬਲ ਪਿੰਡ, ਜਿਹੜੀ ਬੋੜ ਹੈ ਨਾ ਸਿੰਬਲ ਪਿੰਡ ਕੋਲ ਬੋੜ ਪਿੰਡ ਵੀ ਥੀ। ਹਾਂ, ਹੈ ਨਾ। ਪਹਿਲਾ ਸਕੂਲ ਖੋਲ੍ਹਿਆ ਇਨਕਲਾਬੀ, ਅਤੇ ਇਨਕਲਾਬੀ ਦੇ ਨਾਲ ਇੱਕ ਸਰਦਾਰ ਲਖਮੀਰ ਸਿੰਘ ਸੀ, ਉਹਦਾ ਪਰਿਵਾਰ ਟੇਕਰੀ ਕੋਲ ਸੈਟਲ ਹੈ। ਇਹਨਾਂ ਦੋਵਾਂ ਬੰਦਿਆਂ ਨੇ ਜਿਹੜੀ ਉਹ ਸਰਦਾਰ ਨੈਣ ਸਿੰਘ ਵਾਲੀ ਬੋਰਡ ਹੈ ਦੋ ਵਾੜੇ 'ਚ, ਉਸ ਬੋਰਡ ਦੇ ਥੱਲੇ ਸਕੂਲ ਖੋਲ੍ਹਿਆ। ਓਪਨ 'ਚ ਸਕੂਲ ਸਾ? ਓਪਨ ਹੀ ਸਕੂਲ ਸੀ, ਅਤੇ 2 ਰੁਪਇਆ ਮਹੀਨਾ। ਅੱਛਾ, 2 ਮਹੀਨੇ ਅਸੀਂ ਉੱਥੇ ਪੜ੍ਹਿਆ, ਅਤੇ ਉਸ ਵਕਤ ਗੌਰਮੈਂਟ ਨੇ ਮਾਸਟਰ ਪਸ਼ੌਰਾ ਸਿੰਘ ਸੀ ਇੱਕ, ਉਸਨੂੰ ਭੇਜਿਆ, ਉਸਨੇ ਆ ਕੇ ਉਹ ਆਦਰਣੀਆਂ ਛਾਦਣੀਆਂ ਰਜਿਸਟਰ, ਮਤਲਬ ਉਹ ਸਕੂਲ ਸਰਕਾਰੀ ਹੋਇਆ, ਸਰਕਾਰੀ ਸਰਕਾਰੀ। ਇਹ ਹੈ ਸਕੂਲ ਜਿਹੜਾ ਸਿੰਬਲ ਪਿੰਡ ਵਿੱਚ ਗਿਆ, ਪਿੰਡ ਸਿੰਬਲ ਪਿੰਡ। ਹਾਂ, ਉਸ ਬੋੜੀ ਥੱਲੇ ਰਿਹਾ। ਉਸ ਤੋਂ ਬਾਅਦ ਫਿਰ ਇਹ ਸਕੂਲ ਬਣਿਆ, ਇੱਥੇ ਇਹ ਘੋੜਿਆਂ ਦਾ ਤਬੇਲਾ ਸੀ, ਹਾਈ ਸਕੂਲ, ਇਹ ਘੋੜਿਆਂ ਦਾ ਤਬੇਲਾ ਸੀ। ਉਹ ਕਿਸਨੇ ਘੋੜੇ ਸੀ ਇੱਥੇ? ਰਾਜੇ ਨੇ ਸ਼ਿਕਾਰ ਖੇਡਿਆ, ਰਾਜਾ ਕਹਿੰਦਾ ਸਨ ਜਦੋਂ, ਅੱਛਾ ਇੱਥੇ ਰੱਖੇ ਨੇ ਸੀ, ਇੱਥੇ ਘੋੜੇ ਰੱਖੇ ਨੇ ਸੀ ਤਬੇਲਾ, ਵਿਚਕਾਰ ਇਸ 'ਤੇ ਇੱਕ ਖੂਹ ਸੀ ਸਕੂਲਾਂ 'ਚ, ਸਕੂਲਾਂ ਵਿੱਚ ਨਾ ਅਸੀਂ ਭਰ ਛੱਡਿਆ ਸੀ ਬਾਅਦ 'ਚ। ਅੱਛਾ, ਇਹ ਉਦੋਂ ਬੀਆਬਾਨ ਜੰਗਲ ਹੋਇਆ ਸੀ? ਬਿਲਕੁਲ, ਰੱਖ ਸੀ ਨਾ। ਅੱਛਾ, ਰੱਖ ਸਿੰਬਲ ਰੱਖ ਸੀ। ਅੱਛਾ, ਇੱਥੇ ਜਦੋਂ ਸਕੂਲ ਬਣਿਆ ਉਦੋਂ ਫਿਰ ਕੱਚੇ ਕੋਠੇ ਬਣੇ ਜਾਂ ਕੂਲੇ ਕਾ ਬਣਿਆ? ਕੱਚੇ ਕੋਠੇ 3 ਕਮਰੇ ਬਣੇ, ਅਤੇ ਉਸ ਵਾਸਤੇ ਕਾਹੀ ਅਸੀਂ ਜਾ ਕੇ ਵਡਿਆਲ ਤੋਂ ਲਿਆਂਦੇ, ਕੋਈ ਆਲਮਾ ਚੱਕ ਤੋਂ ਲਿਆਂਦੇ। ਕਿਹੜੇ ਸਨ ਗੱਲ ਦੀ ਜੋ? ਇਹ ਸਨ 55-56 ਦੀ ਗੱਲ ਹੈ। ਅੱਛਾ, ਇਹ ਸਮਝਣਾ ਸਕੂਲ ਤੁਸੀਂ ਬਣਾਇਆ? ਹਾਂ ਹਾਂ, ਇਹ ਅਸੀਂ ਬਣਾਇਆ। ਤਾਂ ਮੁੜੀ ਇਸ ਸਕੂਲਾਂ 'ਚ ਜਿਹੜੇ ਚਪੜਾਸੀ ਰਹੇ ਉਹ ਭਗਵਾਨ ਦਾਸ ਹੋਰ ਆਏ? ਭਗਵਾਨ ਦਾਸ ਹੋਰ ਬਾਅਦ ਹੀ ਮਾਸਟਰ ਰਾਮਨਾਥ ਸੀ ਇੱਕ ਭੋਰ ਦਾ ਰਹਿਣ ਵਾਲਾ, ਮਾਸਟਰ ਪਸ਼ੋਰਾ ਸਿੰਘ ਨਾਲ ਉਹ ਆਇਆ। ਅੱਛਾ, ਅਤੇ ਫਿਰ ਉਹਨਾਂ ਨੇ ਆ ਕੇ ਇਹ ਭਗਵਾਨ ਦਾਸ ਹੋਰਾਂ ਦੀ ਅਪੁਆਇੰਟਮੈਂਟ ਕੀਤੀ। ਇਹਨੇ ਕੀਤੀ, ਬਹੁਤ ਸ਼ਰੀਫ ਆਦਮੀ ਰਿਹਾ ਭਗਵਾਨ ਦਾਸ, ਕੰਮ ਦਾ ਇਹ ਕਲਾਸ। ਮਹਾਰਾਜ ਹੁਣ ਥੋੜ੍ਹੀ ਮਾਲਿਕ ਕਿਰਪਾ ਕਰੋ, ਨਹੀਂ ਆਖੇ ਨਹਿਰ ਘਟੀ। ਹਾਂ, ਬੜਾ ਮੁਸ਼ਕਿਲ, ਮੈਂ ਗਿਆ ਸਾਂ ਪਿੱਛੇ ਮਿਲਣ ਉਹਨਾਂ ਨੂੰ, ਤੁਸੀਂ ਦੱਸਣਾ ਇਸ ਤੋਂ ਬਾਅਦ ਅਸੀਂ ਵੀ ਕੀਤਾ ਉਹਨਾਂ ਨਾਲ। ਅੱਛਾ, ਇਹ ਫਿਰ ਤੁਹਾਡੇ ਜਿਹੜਾ ਤੁਸੀਂ ਪੜ੍ਹੇ ਉਦੋਂ ਭਗਵਾਨ ਦਾਸ ਹੋਰ ਥੇ ਸੀ ਉੱਥੇ? ਹਾਂ, ਐਸਾ ਮਾਸਟਰ ਅਸ਼ਵਨੀ ਕੋਈ ਜੀ ਉੱਥੇ ਹੈ ਜੀ, ਬੜਾ ਕੋਈ ਬੜਾ ਘੁਟਰਾ ਸਾਹਿਬ ਕੋਈ? ਬਿਲਕੁਲ, ਮਾਸਟਰ ਅਸ਼ਵਨੀ ਮੀਰਾ ਸਾਹਿਬ ਦਾ ਰਹਿਣ ਵਾਲਾ ਸੀ, ਜਿਹੜਾ ਹੈ ਸ਼ਰਮਾ ਹੁੰਦਾ ਸੀ ਬਿੱਲੋ ਫੈਕਟਰੀ 'ਚ ਨਾ, ਇਹਨਾਂ ਦਾ ਬੜਾ ਭਰਾ ਸੀ। ਹਾਂ, ਲੇਕਿਨ ਇਹ ਚੰਗਾ ਆਦਮੀ ਸੀ। ਹਾਂ, ਮੈਟਰਿਕੁਲੇਟ ਸਨ, ਬਿਲਕੁਲ ਬਿਲਕੁਲ। ਅਤੇ ਜ਼ਿਆਦਾ ਮਿਹਨਤ ਜਿਹੜੀ ਸਾਡੇ ਨਾਲ ਕੀਤੀ ਉਹ ਕੀਤੀ ਮਾਸਟਰ ਬਲਵੀਰ ਸਿੰਘ ਨੇ। ਉਹ ਅੱਜ ਕੱਲ੍ਹ ਨਾਨਕ ਨਗਰ ਸਾਡੇ ਨਾਲ 4 ਵੜਾ ਹੀ ਰਹਿੰਦੇ ਸਨ, ਸਾਡੇ ਘਰ ਦੇ ਨਾਲ ਹੀ ਹੈ। ਅੱਛਾ, ਗੱਲ ਸੁਣਾ, ਇਹ ਜਿਹੜਾ ਸਿੰਬਲ ਸਕੂਲ ਦਾ, ਤੁਸੀਂ 10ਵੀਂ ਤੱਕ ਪੜ੍ਹਿਆ? ਨਹੀਂ, 10ਵੀਂ ਤੱਕ ਨਹੀਂ ਸੀ, ਅਸੀਂ 58 ਤੱਕ ਪੜ੍ਹੇ, 8ਵੀਂ ਤੱਕ ਇਮਤਿਹਾਨ ਜਾ ਕੇ ਅਸਾਂ ਨਵੇਂ ਸ਼ਹਿਰ ਦਿੱਤਾ।
ਉਹ ਜਿਹੜਾ ਹੁਣ ਹਾਇਰ ਸੈਕੰਡਰੀ ਬਣਿਆ, ਜਿਹੜਾ ਹੁਣ ਹਾਇਰ ਸੈਕੰਡਰੀ ਬਣਿਆ। ਅੱਛਾ, ਇਸ ਨਾਲ ਮਤਲਬ ਦੇਖਾ ਸਿੰਬਲ ਨਾਲ ਜਿਹੜੀ ਪਿਛਲੀ ਪੀੜ੍ਹੀ ਪੜ੍ਹੀ ਉਹਦੇ ਵਿੱਚ ਫਿਰ ਬੜਾ ਅਹਿਮ ਰੋਲ ਸਾ ਸਾਡਾ ਵੀ, ਤੁਸੀਂ ਸਕੂਲ ਬਣਾਇਆ ਕਾਹੀ ਗੱਛੀ ਹੋਣਾ ਉਹ ਬਡਿਆਲਾ ਚ ਗੱਛੀ ਤੇ ਕੱਪੀ ਆਣੀ, ਬਿਲਕੁਲ ਤੁਸੀਂ ਮਤਲਬ ਅਗਰ ਤੁਸੀਂ ਮੰਨਿਆ ਕਿ ਸਿੰਬਲਾ ਦੇ ਸਕੂਲ ਨਾ ਹੋਣਾ ਸਾਡੀ ਪਿਛਲੀ ਜਨਰੇਸ਼ਨ ਨੇ ਅਸੀਂ ਪੜ੍ਹ ਸਕਦੇ, ਅਸੀਂ ਪੜ੍ਹ ਸਕਦੇ ਉੱਥੇ ਪੜ੍ਹਨਾ ਸਾਨੇ ਨਾ ਨਾ, ਤਾਂ ਇਸ ਸਕੂਲ ਨੇ ਇੰਨੀ ਵੱਡੀ ਸਿੰਬਲਾ ਚ ਦੇਣ ਸੀ ਤਾਂ ਅੱਜ ਤਾਂ ਜਦੋਂ ਤੁਸੀਂ ਪੜ੍ਹਨੇ ਸੀ ਕਿੰਨੇ ਬੱਚੇ ਸੀ ਉਦੋਂ? ਹੋਰ ਕੋਈ ਸਕੂਲ ਹੈ ਹੀ ਨਹੀਂ ਸੀ, ਇਹੋ ਸਕੂਲ ਸੀ, ਆਹੋ ਬੜਾ ਘੱਟ ਸੀ ਸਕੂਲ ਹੈ ਦੀਆ ਕੋਈ 12 ਬੱਚੇ ਤੇ 6 ਟੀਚਰ ਦੇ ਸਾਰੇ। ਅੱਛਾ, ਸਕੂਲ ਨਹੀਂ ਆ ਕੰਡੀਸ਼ਨ ਬਣੀ ਗਈ ਨਹੀਂ, ਕਮਰੇ ਸੀ 5-6 ਦੇ। ਔਰ ਜਿਹੜੀ ਅਸੀਂ ਲੋਕੇ ਨੇ ਵਿਊ ਦਿੰਦੇ ਉਸ ਵਿੱਚ ਅਸੀਂ ਸਿਟੀ ਨੇ ਟੀਚਰ ਨੇ ਵੀ ਦਿੰਦਾ ਉਹ ਆਉਣੇ ਵੀ ਸਿਰ ਮੈਨ, ਇੱਕ ਤਾਂ ਇਹ ਹੋ ਗਿਆ ਲੋਕਾਂ ਕੋਲ ਪੈਸਾ ਆਇਆ ਸੀ ਉਹਨੇ ਬੱਚੇ ਬਾਹਰ ਭੇਜੇ, ਦੂਆ ਜਿਹੜੇ ਆਮ ਉੱਥੇ ਲੋਕਲ ਲੋਕ ਸੀ ਉਹਨੇ ਕੋਈ ਸਪੋਰਟ ਨਹੀਂ ਕੀਤੀ। ਮਤਲਬ ਅਗਰ ਕੋਈ ਬੱਚਾ ਉੱਥੇ ਗਲਤ ਕੰਮ ਕਰਨ ਲੱਗਾ ਨਾ ਜੇ ਟੀਚਰ ਕੋਈ ਉਸਕਾ ਝਿੜਕਣੀ ਤਾਂ ਮੱਲੇ ਵਾਲੇ ਲੋਕ ਆਏ ਤਾਂ ਟੀਚਰ ਨੇ ਦੁਆਲੇ ਹੋਈਏ ਨੇ, ਇਹ ਇੱਕ ਕਾਰਨ ਅਸੀਂ ਘਰ ਨੋਟਿਸ ਹੋਇਆ ਜਿਹਦਾ ਅਸੀਂ ਲੋਕਾਂ ਨੇ ਘਰ ਗਏ। ਅੱਛਾ, ਇਹਨਾਂ ਆਪਣੇ ਫਿਰ ਨਵੇਂ ਸ਼ਹਿਰ ਤੁਸੀਂ ਮੁੜੀ ਉੱਥੇ ਪੜ੍ਹਿਆ ਗੱਛੀ? ਅਸੀਂ ਫਿਰ ਇੱਥੋਂ ਨਵੇਂ ਸ਼ਹਿਰ ਗਏ, ਉੱਥੇ ਤੁਸੀਂ ਕਿੰਨੇ ਤੱਕ ਪੜ੍ਹਿਆ? ਉੱਥੇ ਅਸੀਂ ਪੜ੍ਹੇ ਹਾਂ ਜੀ 11ਵੀਂ ਤੋਂ ਹਾਇਰ ਸੈਕੰਡਰੀ ਤੱਕ। ਉਦੋਂ ਹਾਇਰ ਸੈਕੰਡਰੀ ਬਣੀ ਜਾਂਦਾ ਸਾਰ ਸਾਡੇ ਵਾਰੀ ਬਣਿਆ ਸੀ ਪਹਿਲੀ ਵਾਰ 11ਵੀਂ, ਛੁੱਟੀਆਂ ਤੋਂ ਪਹਿਲੇ ਅਸਾਂ ਮੈਟ੍ਰਿਕ ਦੀਆਂ ਕਿਤਾਬਾਂ ਹੁੰਦੀਆਂ ਕਿਉਂਕਿ 9ਵੀਂ 10ਵੀਂ ਜਿਹੜੀ ਹੈ ਇਕੱਠੀ ਹੁੰਦੀ ਸੀ ਅਤੇ ਉਹ ਅਸੀਂ ਪਹਿਲੀਆਂ ਉਹ ਕਿਤਾਬਾਂ ਲਈਆਂ ਤਾਂ ਛੁੱਟੀਆਂ ਖਤਮ ਹੋਈਆਂ ਅਤੇ ਬਸ ਚਲੇ ਗਏ ਅਸੀਂ ਜੀ। ਸਕੀਮ ਬਦਲ ਗਈ, ਕੀ ਹੋਇਆ ਕਿ ਜੀ 4 ਸਕੂਲ ਜਿਹੜੇ ਨਵੇਂ ਅਦਾਰੇ ਬਣ ਗਏ ਨੇ, ਹਾਇਰ ਸੈਕੰਡਰੀ ਅਖਨੂਰ, ਬਨਾਲ, ਨਵਾਂਸ਼ਹਿਰ ਅਤੇ SRMP, ਇਹ 4 ਸਕੂਲ ਬਣ ਗਏ। ਤਾਂ ਉੱਥੇ ਫਿਰ ਉਸ ਤੋਂ ਬਾਅਦ ਤੁਸੀਂ ਨੌਕਰੀ ਕਿਹੜੇ ਸੰਨ 'ਚ ਲੱਗੀ? ਉਸ ਤੋਂ ਬਾਅਦ ਫਿਰ ਮੈਂ ਇਹ ਹੈ ਕਿ ਹਾਇਰ ਸੈਕੰਡਰੀ ਕਰਕੇ ਮੇਰੇ ਨੰਬਰ ਬਹੁਤ ਵਧੀਆ ਆਏ ਅਤੇ ਫਿਰ ਕਿਉਂਕਿ ਘਰ ਦੀ ਕੰਡੀਸ਼ਨ ਠੀਕ ਨਹੀਂ ਸੀ ਅਤੇ ਫਿਰ ਮੈਂ ਸਰਵਿਸ ਕੀਤੀ 2 ਸਾਲ, ਸਾਲ ਇਹ ਗ੍ਰਾਮ ਸੇਵਕ ਰਿਹਾ ਅਤੇ 1 ਸਾਲ ਇੱਕ ਇੱਥੇ ਐਗਰੀਕਲਚਰ ਕਾਲਜ ਬਣਿਆ ਉਸ ਵਿੱਚ ਲਿਆ ਲੈਬਾਰਟਰੀ ਅਸਿਸਟੈਂਟ। ਅਤੇ ਜਿਹੜੇ ਮੇਰੇ ਦੋਸਤ ਯਾਰ ਸਨ ਪਹਿਲੇ ਮੇਰੇ ਨਾਲ ਬੜਾ ਪਿਆਰ ਕਰਦੇ ਸਨ, ਉਹ ਆਸਤੇ ਆਸਤੇ ਮੈਂ ਦੇਖਿਆ ਕਿ ਕੋਈ ਥੋੜ੍ਹੇ ਜਿਹੇ ਚੇਂਜ ਹੋਣ ਲੱਗੇ ਅਤੇ ਮੈਂ ਇੱਕ ਦਿਨ ਰਾਤੀ ਮਨ 'ਚ ਸੋਚਿਆ ਕਿ ਭਾਈ ਤੇਜਾ ਸਿੰਘ ਉਹਨਾਂ ਦਾ ਕਸੂਰ ਨਹੀਂ ਤੁਹਾਡਾ ਕਸੂਰ ਹੈ, ਉਹਨਾਂ ਦੀ ਤਾਲੀਮ ਅੱਗੇ ਹੋ ਗਈ ਹੈ, ਦੋਸਤੀ ਯਾਰੀ ਵੱਧ ਗਈ ਹੈ ਅਤੇ ਤੁਹਾਡੀ ਤਾਂ ਉਹ ਹੀ ਪਿੱਛੇ ਹੈ ਦਿਨ। ਫਿਰ ਉਸਨੇ ਦੁਬਾਰਾ ਕੀਤੀ, ਫਿਰ ਮੈਂ ਦੁਬਾਰਾ ਉੱਥੋਂ ਉੱਠਿਆ ਸਵੇਰੇ ਸਵੇਰੇ ਪਹਿਲੀ ਗੱਡੀ ਪੌੜੀ 'ਤੇ ਚਲਾ ਗਿਆ, ਸਾਡਾ ਪ੍ਰਿੰਸੀਪਲ ਰਹਿੰਦਾ ਸੀ KG ਭੰਡਾਰੀ ਗਾਂਧੀ ਨਗਰ, ਮੈਂ ਉਸ ਕੋਲ ਚਲਾ ਗਿਆ, ਉਸ ਨੂੰ ਮੈਂ ਜਾ ਕੇ ਇਹ ਗੱਲ ਆਖੀ, ਮੈਂ ਕਿਹਾ ਜੀ ਗੱਲ ਇਹ ਹੈ ਕਿ ਮੈਂ ਮੁੜ ਕੇ ਪੜ੍ਹਨਾ, ਉਹ ਹੱਸਣ ਲਗਾ, ਆਖਣ ਲੱਗਾ ਤੂੰ ਇੰਟਰਵਿਊ ਦਿੱਤਾ ਸੀ ਅਤੇ ਮੈਂ ਤੈਨੂੰ ਆਖਿਆ ਸੀ ਪੜ੍ਹ ਜਾ ਤੇਰੇ ਨੰਬਰ ਚੰਗੇ ਨੇ ਤਾਂ ਤੂੰ ਆਖਦਾ ਸੀ ਨਹੀਂ ਤਾਂ ਹੁਣ ਤੈਨੂੰ ਹੋਸ਼ ਆ ਗਈ ਹੈ, ਮੈਂ ਹਾਂਜੀ ਇਹ ਠੀਕ ਹੈ ਕੋਈ ਗੱਲ ਨਹੀਂ ਸੀਟ ਮਿਲ ਜਾਏਗੀ। ਫਿਰ ਤੁਸੀਂ ਕਿ ਕੁਆਲੀਫਿਕੇਸ਼ਨ ਕਿੱਥੇ ਤੱਕ ਪੜ੍ਹਿਆ ਤੁਸੀਂ? ਮੈਂ BSC ਕੀਤੀ ਜੀ ਉਸ ਟਾਈਮ। BSC ਕਿਹੜੇ ਸਨ 'ਚ BSC ਕੀਤੀ? ਕੀਤੀ ਅਸੀਂ 67 'ਚ। 67 'ਚ ਤਾਂ ਮੁੜੀ ਫਿਰ ਤੁਸੀਂ ਜਿਹੜੀ ਸਰਵਿਸ ਕੀਤੀ 69 'ਚ ਨੇ ਫਿਰ ਅਤੇ ਰਿਟਾਇਰਮੈਂਟ ਕਿਹੜੇ ਸਨ 'ਚ ਹੋਈ? ਰਿਟਾਇਰਮੈਂਟ 2021 'ਚ ਹੋਇਆ। ਅੱਛਾ, ਤੁਸੀਂ ਕਿਹੜੇ ਰੈਂਕ ਉੱਪਰ ਹੋਇਆ ਫਿਰ? ਮੈਂ ਰਿਹਾ ਡਿਸਟ੍ਰਿਕਟ ਐਗਰੀਕਲਚਰ ਆਫਿਸਰ। ਅੱਛਾ, ਡਿਸਟ੍ਰਿਕਟ ਐਗਰੀਕਲਚਰ ਆਫਿਸਰ। ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਕਦੋਂ ਆਇਆ? ਇੱਥੇ ਬਠਿੰਡੇ? ਇੱਥੇ ਬਠਿੰਡੇ 'ਚ ਅਸੀਂ ਆਏ 98 'ਚ। ਅੱਛਾ, ਹਾਂ ਕੈਲੀਫੋਰਨੀਆ ਤੇ ਛੋਟਾ ਜਿਹੜਾ ਦਿੱਲੀ ਹੈ, ਬਾਕੀ ਬੇਟੀ ਚੰਡੀਗੜ੍ਹ। ਮਤਲਬ ਦੇਖਾ ਤੁਹਾਡੇ ਜੀਵਨ ਨਾਲ ਜਿੱਥੋਂ ਸਫ਼ਰ ਸ਼ੁਰੂ ਹੋਇਆ ਕਿ ਤੁਸੀਂ ਉਹ ਸ਼ੁਰੂਆਤ ਦੱਸੀ ਵੀ ਕਿ ਮਕਾਨਾਂ ਨੇ ਅੱਗੇ ਪੱਥਰੇ ਧੁੱਪ ਸਿੱਖਣੀ ਸੀ, ਉੱਥੋਂ ਸ਼ੁਰੂਆਤ ਹੋਣੀ। ਔਰ ਉਹ ਦੌਰ ਜਦੋਂ ਤੁਸ ਸਾਰਾ ਪਰਿਵਾਰ ਤੁਸੀਂ ਘਰ ਨਾਲ ਚਾਚੇ ਚੁੱਕਿਆ ਨਾ ਮੁੰਡ, ਘਰ ਦਾਦੇ ਪੜਦਾਦੇ ਨੇ ਜਗ੍ਹਾ ਛੋੜੀ, ਤੁਸੀਂ ਪੁੰਛ ਲੋਕਾਂ ਨੇ ਘਰ ਰਾਤਾਂ ਕੱਟੀਆਂ, ਕੁਛ ਮੁਸਲਮਾਨਾਂ ਨੇ ਘਰ, ਫਿਰ ਕੈਂਪੇਨ ਰਿਹਾ ਘਰ, ਉਦੋਂ ਸੋਚਿਆ ਸਰ ਵੀ ਮਾਲਕ ਪਰਮਾਤਮਾ ਇੱਕ ਦਿਨ ਆਏਗਾ ਅਸ ਵੀ ਇਹੋ ਜਿਹੀ ਜਗ੍ਹਾ ਮੁਕਾਮ 'ਤੇ ਪਹੁੰਚਾਂਗੇ? ਕੁਛ ਨਹੀਂ, ਕੋਈ ਨਹੀਂ, ਉਸ ਮਾਲਕ ਨਾਲ ਲੱਖ ਲੱਖ ਸ਼ੁਕਰ ਹੈ ਵੀ ਅੱਜ ਤੁਸੀਂ ਘਰ ਉਸ ਮਾਲਕ ਉਸ ਥਾਂ 'ਤੇ ਲੈ ਕੇ ਪਹੁੰਚਾਇਆ। ਅਤੇ ਅੱਜ ਕਦੇ ਬੈਠੇ ਨਹੀਂ ਚੇਤੇ ਨਾ ਆਪਣਾ ਪੁਰਾਣਾ ਉਹ ਇਲਾਕਾ ਘਰ ਬਿਲਕੁਲ, ਮਤਲਬ ਜਿਹੜੀ ਕਹਿੰਦੇ ਨਾ ਜੰਮਣ ਥਈ ਜਿਹੜੀ ਹੁੰਦੀ ਹੈ ਨਾ, ਉਸ ਨਾਲ ਥੋੜਾ ਜਿਹਾ ਲਿੰਕ ਹੁੰਦਾ, ਖਿੱਚ ਹੁੰਦਾ।
ਯਾਨੀ ਦਿਲ ਅਜੇ ਵੀ ਕਰਨਾ। ਹਾਂ ਦਿਲ ਕਰਨਾ। ਅੱਛਾ ਮੈਂ ਫਾਰਮ ਭਰੇ ਸੀ ਪਿੱਛੇ, ਮਗਰ ਉਹ ਅੱਗੇ ਨਹੀਂ ਨਾ ਗੇਂਦੇ ਨੇ ਉੱਤੇ। ਆਹੋ ਨਹੀਂ ਤੁਸੀਂ ਗਿਲੇ ਠੀਕ ਅੱਗੇ ਨਾ, ਬੜਾ ਮੁਸ਼ਕਲ। ਆਹੋ ਚਲੋ ਪਾਪਾ ਜੀ, ਬੜੀ ਮਤਲਬ ਸਫ਼ਰਾ ਭਰਿਆ ਤੁਹਾਡੇ ਜੀ, ਇਸ ਨਾਲ ਇੱਕ ਟੈਨਵਰ ਰਿਹਾ, ਉੱਥੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ। ਪਰ ਉਸ ਮਾਲਕ ਨਾਲ ਇੱਕ ਇਸ ਆ ਕਿ ਇੱਕ ਤਾਂ ਉਹਦੇ 'ਤੇ ਭਰੋਸਾ, ਦੂਸਰਾ ਸਾਡੇ ਜਿੰਨੇ ਬਜ਼ੁਰਗ ਸੀ ਉਹਨੇ ਸਾਰੀ ਜ਼ਿੰਦਗੀ ਸਾਬਤ ਸੂਰਤ ਸਿੱਖੀ ਸਿਧਾਂਤ ਜਿਹੜੇ ਉਹਨੇ ਕਮਾਈ ਰੱਖੇ, ਤਾਂ ਅੱਜ ਮਾਲਕ ਦੀ ਕਿਰਪਾ ਨਾਲ ਨਵਿਆਂ ਸਿਰਿਆ ਉਹਨਾਂ ਨੇ ਬਹੁਤ ਵਧੀਆ ਰਹਿਣ ਵਸੇਰੇ ਹੋ ਗਏ ਨੇ। ਤੋ ਵਾਹਿਗੁਰੂ ਕਿਰਪਾ ਕਰੇ ਤੁਹਾਡੀ ਲੰਬੀ ਉਮਰ ਹੋਵੇ, ਇਸੇ ਤਰ੍ਹਾਂ ਮਾਰੇ ਤੁਸੀਂ ਕਾ ਤੰਦਰੁਸਤੀ। ਬੜਾ ਇੱਕ ਮਾਣ ਹੋਣਾ ਕਿ ਬਈ ਸਾਡੇ ਉਹਨੇ ਇਲਾਕਿਆਂ 'ਚ ਜਿੰਨੇ ਕਾ ਲੋਕ ਆਉਂਦੇ ਹੁੰਦੇ ਸੀ ਵੀ ਬਿਲਕੁਲ ਬੈਕਵਰਡ ਇਲਾਕਾ, ਉਹਨੇ ਇਲਾਕਿਆਂ 'ਚ ਵੀ ਲੋਕ ਉੱਠੀ ਚੰਗੀਆਂ ਪੋਸਟਾਂ 'ਚ, ਬਕਾਇਦਾ ਉਹਨੇ ਸਮਿਆਂ 'ਚ ਜਿਹੜੇ ਜੱਜ ਮੋਤੀ ਰਾਮ ਔਰ ਰਾਵਲਾ ਕੋਟ ਬਹਿਨੇ ਸੀ, ਉਹਨੇ ਨਾ ਜਿਹੜਾ ਪੀ ਏ ਸਾ ਉਹ ਜਿਹੜੇ ਤੁਸੀਂ ਨੈਨ ਸਿੰਘ ਹੋਰ ਦੀ ਗੱਲ ਕਰ ਰਹੇ ਹਾਂ, ਕੋਪਰੇ ਨੇ ਇਹ ਆਉਣੇ ਕਿ ਮੇਰੇ ਪਿਤਾ ਜੀ ਉਸਨੇ ਪੀ ਏ ਸੀ ਉਸ ਵੇਲੇ। ਚਲੋ ਉਹ ਪੜ੍ਹੇ ਨੇ ਨਹੀਂ ਸੀ ਉਸ ਟਾਈਮ ਪੀ ਏ ਉਸ ਹਿਸਾਬ ਨਾਲ ਲਾਣੇ ਉਹਦੇ ਵਿੱਚ, ਚਲੋ ਆਵਾਜ਼ ਬੂਝ ਮਾਰਿਆ, ਲੇਕਿਨ ਉਹ ਆਉਣੇ ਕਿ ਇਹਨੇ ਪੀ ਏ ਸੀ ਮਾਲੀਆ ਮੂਲੀਆ ਜਿਹੜਾ ਇਕੱਠਾ ਨਾ ਸਾ ਉਹਨੇ ਗਿਣੀ ਸਾਰਾ ਰੱਖਣਾ। ਮਤਲਬ ਚੰਗੇ ਲੋਕ ਸਾਰੇ ਜਿਹੜੇ ਸੀ ਉਸ ਟਾਈਮ ਵੀ ਚੰਗੇ ਰੁਤਬੇਰ ਸੀ ਅਤੇ ਚੰਗੇ ਅਹੁਦੇ ਦੇ ਸੀ। ਸੋ ਮਹਾਰਾਜ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਟਾਈਮ ਕੱਢਿਆ, ਅਤੇ ਟਾਈਮ ਕੱਢ ਕੇ ਇਹ ਸਾਰੀ ਜਿਹੜੀ ਪੁੰਛੀ ਬਰਾਦਰੀ ਭਾਈਚਾਰੇ ਲਈ ਤੁਸੀਂ ਕਾ ਦੇਖਾ ਲਾਉਣਾ। ਇਹਨੇ ਲੋਕਾਂ ਕਾ ਅਸੀਂ ਕਾ ਬੜਿਆ ਫਾਰਮ 'ਚ ਫੋਨ ਇਹਨੇ ਉਹ ਆਉਣੇ ਕਿ ਬਜ਼ੁਰਗ ਜਿਹੜੇ ਦੇ ਦਿਹਾੜੀ ਸਾਡੇ ਦੁਆਲੇ ਹੋਈ ਜਾਣ ਵੀ ਟੀ ਵੀ ਲਾਈ ਦੱਸਾਂ ਮੋਬਾਈਲ 'ਚ ਲਾਈ ਦੱਸਾਂ ਕੌਣ ਕਿੱਥੇ ਦਾ, ਔਰ ਬੜੇ ਇਹੋ ਜਿਹੇ ਬਜ਼ੁਰਗ ਦੇ ਜਿਹਨਾਂ ਦਾ ਅਸੀਂ ਪਤਾ ਨਹੀਂ ਹੁੰਦੀ ਜਿਹੜੇ ਦੇਖਣੇ ਉਹ ਆਉਣੇ ਅਜੇ ਜਿੰਦੇ ਦੇ, ਉਹ ਦਰਅਸਲ ਮਿਲੇ ਨਹੀਂ ਦੁਬਾਰਾ ਅੱਗੇ ਪਿੱਛੇ ਹੋਈਏ। ਸੋ ਇਸ ਚੈਨਲ ਦੇ ਮਾਧਿਅਮ ਦੁਆਰਾ ਤੁਸੀਂ ਜਿਹੜੇ ਸਾਡੇ ਇਸ ਇੱਥੇ ਆਏ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਸਤਸੰਗਤ, ਇਹ ਸੀ 1947 ਦਾ ਸੰਤਾਪ, ਕਿੱਥੋਂ ਸਫ਼ਰ ਸ਼ੁਰੂ ਹੁੰਦਾ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਜੋ ਸਾਡੀ ਸਮਾਜ ਦੇ ਵਿੱਚ ਪ੍ਰਚਲਿਤ ਨਾਮ ਹੈ ਵੀਡੀਓ ਦੇ ਦੱਸੀ, ਉਹਨਾਂ ਦੇ ਜੀਵਨ ਦੀ ਸ਼ੁਰੂਆਤ ਕਿਸ ਥਾਂ ਤੋਂ ਹੁੰਦੀ ਹੈ, ਕਿਸ ਔਖੀ ਕਾਲਾਂ ਦੇ ਵਿੱਚ ਔਰ ਕਿਸ ਢੰਗ ਦੇ ਨਾਲ ਇੱਕ ਚੈਲੰਜ ਨੂੰ ਸਮਝਦੇ ਹੋਇਆ ਉਹਨਾਂ ਨੇ ਮੋੜੇ ਸਿਰੋਂ ਤੋਂ ਜਿਹੜੀ ਆਪਣੀ ਸਟੱਡੀ ਸ਼ੁਰੂ ਕਰਕੇ ਉਹਨਾਂ ਸਮਿਆਂ ਦੇ ਵਿੱਚ ਬੀ ਐੱਸ ਸੀ ਇੱਕ ਬਹੁਤ ਵੱਡੀ ਡਿਗਰੀ ਔਰ ਉਹਨਾਂ ਇਲਾਕਿਆਂ ਦੇ ਵਿੱਚੋਂ ਆ ਕੇ ਔਰ ਇੱਕ ਚੰਗੇ ਥਾਂ ਦੇ ਉੱਤੇ ਉਹਨਾਂ ਨੇ ਸਾਰੀ ਜ਼ਿੰਦਗੀ ਇੱਜ਼ਤ ਮਾਣ ਦੇ ਨਾਲ ਇੱਕ ਨੌਕਰੀ ਕੀਤੀ। ਗੁਰੂ ਕਿਰਪਾ ਕਰੇ ਸਾਡੇ ਸਮਾਜ ਦੇ ਇਹ ਚਾਨਣ ਮੁਨਾਰੇ ਨੇ, ਸਾਡੀ ਆਉਣ ਵਾਲੀ ਜਨਰੇਸ਼ਨ ਵੀ ਇਹੋ ਜਿਹੇ ਬਜ਼ੁਰਗਾਂ ਦੇ ਕੋਲੋਂ ਸੇਧ ਲੈ ਕੇ ਆਪਣਾ ਜੀਵਨ ਜਿਹੜਾ ਇਸ ਪਾਸੇ ਲਿਆ ਸਕਦੀ ਹੈ। ਸੋ 1947 ਦਾ ਲੜੀਵਾਰ ਚੱਲ ਰਿਹਾ ਪ੍ਰੋਗਰਾਮ, ਜੇ ਟੈਲੀਵਿਜ਼ਨ ਤੋਂ ਇਲਾਵਾ ਤੁਸੀਂ ਮੋਬਾਈਲ 'ਚ ਦੇਖਣਾ ਚਾਹੁੰਦੇ ਹੋ ਤਾਂ ਯੂਟਿਊਬ ਦੇ ਉੱਤੇ ਤੁਸੀਂ ਭਾਈ ਹਰਮੀਤ ਸਿੰਘ ਜੰਮੂ ਲਿਖ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ। ਨਾਲ ਹੀ ਨਾਲ ਸਲਾਈਡ ਦੇ ਉੱਤੇ ਸਾਡਾ ਨੰਬਰ ਚੱਲਦਾ, ਕੋਈ ਬਜ਼ੁਰਗ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਤੁਸੀਂ ਜ਼ਰੂਰ ਇੱਕ ਵਾਰ ਸਾਡੇ ਨਾਲ ਰਾਬਤਾ ਕਰੋ, ਅਸੀਂ ਉਹਨਾਂ ਬਜ਼ੁਰਗਾਂ ਦਾ ਘਰ ਆ ਕੇ ਜਿਹੜਾ ਆਪ ਜੀ ਦੇ ਰੂਬਰੂ ਲਿਆਵਾਂਗੇ। ਸੋ ਇੱਥੇ ਹੀ ਸਮਾਪਤੀ, ਬੜੀ ਛੇਤੀ ਕਿਸੇ ਹੋਰ ਬਜ਼ੁਰਗ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ। ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਸਰਦਾਰ ਹਰਮੀਤ ਸਿੰਘ ਜੀ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਲਾਈਵ ਬਾਹਰ ਅੰਦਰ ਸਭ ਲੋਕ ਇਸ ਨੂੰ ਦੇਖ ਕੇ ਆਪਣੇ ਦਿਲ ਦਾ ਇੱਕ ਪਰਚਾਵਾ, ਯਾਦਾਂ ਤਾਜ਼ੀਆਂ ਹੁੰਦੀਆਂ ਨੇ ਕਿ ਬਾਈ ਪਿੱਛੇ ਅਸੀਂ ਕਿਸ ਤਰ੍ਹਾਂ ਸਾਂ ਅਤੇ ਹੁਣ ਅਸੀਂ ਕਿੱਥੇ ਪਹੁੰਚੇ ਹਾਂ, ਰਸਤੇ 'ਚ ਕਿਹੜੇ ਕਿਹੜੇ ਹਾਲਾਤ ਸਾਡੇ ਸਾਹਮਣੇ ਆਏ ਨੇ, ਉਹਨਾਂ ਹਾਲਾਤਾਂ ਵੀ ਅਗਲੀ ਪੀੜ੍ਹੀ ਨੂੰ ਕੁਛ ਪਤਾ ਨਹੀਂ ਹੈ। ਦੋ ਚਾਰ ਬਜ਼ੁਰਗਾਂ ਦੀਆਂ ਕਿਤਾਬਾਂ ਇਹਨਾਂ ਕੋਲ ਕੁਝ ਮਿਲੀਆਂ, ਕੁਝ ਦੇਖੀਆਂ, ਕੁਝ ਸੁਣੀਆਂ, ਕੁਝ ਨਹੀਂ ਮਿਲੀਆਂ, ਅਤੇ ਹੋਰ ਪੁਰਾਣੇ ਪਹਾੜੀ ਲੋਕ ਗੀਤ ਸਨ। ਈਸ਼ਰ ਸਿੰਘ ਭਾਈ ਨੇ ਸਾਰੇ ਇਹ ਰਿਕਾਰਡਿੰਗ ਕੀਤੀ ਸੀ, ਬੁੱਕ ਲਿਖੀ ਸੀ, ਔਰ ਉਹ ਕਿਤਾਬ ਮੈਂ ਵੀ ਟਰਾਈ ਕੀਤੀ, ਦੋ ਚਾਰ ਵਾਰ ਪੜ੍ਹੀ ਨਹੀਂ ਮੈਂ ਹੈ ਸੀ, ਮਗਰ ਕਿਤੇ ਮਿਲ ਨਹੀਂ ਸਕੀ। ਕਿਸੇ ਕੋਲ ਅਗਰ ਹੋਵੇ ਤਾਂ ਜ਼ਰੂਰ ਸਾਨੂੰ ਉਹ ਪਹੁੰਚਾਉਣ, ਵੰਡਣ। ਮੈਂ ਇਹਨਾਂ ਅੱਖਰਾਂ ਨਾਲ ਹੀ ਇਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ, ਸਾਰਿਆਂ ਸਰੋਤਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।